ਅੜੀ ਵਾਰ ਵਿਚਾਰ ਦੇ ਵਿੱਚ ਇਹਨੇ ਦਿਨੀ ਰਾਗ ਮਲਾਰ ਮਹੱਲਾ ਪਹਿਲਾ ਮਲਾਰ ਰਾਗ ਵਿੱਚ ਦਰਜ ਪਾਵਨ ਪਵਿੱਤਰ ਬਾਣੀ ਜੋ ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੁਆਰਾ ਉਚਾਰਨ ਕੀਤੀ ਹੋਈ ਹੈ। ਇਸ ਪਾਵਨ ਪਵਿੱਤਰ ਬਾਣੀ ਦੀ ਵਿਚਾਰ ਨੂੰ ਸਰਵਣ ਕਰ ਰਹੇ ਹਾਂ। ਸੋ ਆਓ ਗੁਰੂ ਸਾਰਿਓ, ਅੱਜ ਦੀ ਪਾਵਨ ਪਵਿੱਤਰ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਮਨ ਬਿਰਤੀਆਂ ਨੂੰ ਕਰੋ ਜੀ ਇਕਾਗਰ, ਦਿਵੋ ਅਸੀਸ ਕਹੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸਤਨਾਮ ਵਾਹਿਗੁਰੂ ਸਾਹਿਬ ਜੀ। ਮਲਾਰ ਮਹੱਲਾ ਪਹਿਲਾ, ਕਰੋ ਬਿਨੋ ਗੁਰ ਆਪਣੇ ਪ੍ਰੀਤਮ, ਹਰ ਵਾਰ ਆਣ ਮਿਲਾਵੈ। ਸੁਣ ਘਨ ਘੋਰ ਸੀਤਲ ਮਨ ਮੋਰਾ, ਲਾਲ ਰਤੀ ਗੁਣ ਗਾਵੈ। ਕਰੋ ਬਿਨੋ ਗੁਰ ਆਪਣੇ ਪ੍ਰੀਤਮ, ਹਰ ਵਾਰ ਆਣ ਮਿਲਾਵੈ। ਸੁਣ ਘਨ ਘੋਰ ਸੀਤਲ ਮਨ ਮੋਰਾ, ਲਾਲ ਰਤੀ ਗੁਣ ਗਾਵੈ। ਬਰਸ ਕਨਾ ਮੇਰਾ ਮਨ ਭੀਨਾ, ਅੰਮ੍ਰਿਤ ਬੂੰਦ ਸੁਹਾਨੀ ਹੀਅਰੈ। ਗੁਰਮੋਹੀ ਮਨ ਹਰ ਰਸ ਲੀਨਾ, ਰਹਾਉ ਸਹਿਜ ਸੁਖੀ ਵਰ ਕਾਮਣ ਪਿਆਰੀ। ਜਿਸ ਗੁਰਬਚਨੀ ਮਨ ਮਾਨਿਆ, ਹਰ ਵਰ ਨਾਰ ਭਈ ਸੁਹਾਗਣ। ਮਨ ਤਨ ਪ੍ਰੇਮ ਸੁਖਾਨਿਆ, ਅਵਗਣ ਤਿਆਗ ਭਈ ਬੈਰਾਗਨ। ਅਸਥਿਰ ਵਰ ਸੁਹਾਗ ਹਰੀ, ਸੋਗ ਵਿਜੋਗ ਤਿਸ ਕਦੇ ਨਾ ਵਿਆਪੈ। ਹਰ ਪ੍ਰਭ ਆਪਣੀ ਕਿਰਪਾ ਕਰੀ, ਆਵਣ ਜਾਣ ਨਹੀਂ ਮਨ ਨਿਹਚਲ, ਪੂਰੇ ਗੁਰ ਕੀ ਓਟ ਗਹੀ। ਨਾਨਕ ਰਾਮ ਨਾਮ ਜਪ ਗੁਰਮੁਖ, ਧਨ ਸੁਹਾਗਣ ਸੱਚ ਸਹੀ। ਆਵਣ ਜਾਣ ਨਹੀਂ ਮਨ ਨਿਹਚਲ, ਪੂਰੇ ਗੁਰ ਕੀ ਓਟ ਗਹੀ। ਨਾਨਕ ਰਾਮ ਨਾਮ ਜਪ ਗੁਰਮੁਖ, ਧਨ ਸੁਹਾਗਣ ਸੱਚ ਸਹੀ। ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ, ਅੱਜ ਦੇ ਜੋ ਇਸ ਪਾਵਨ ਪਵਿੱਤਰ ਸ਼ਬਦ ਦੀ ਬਖਸ਼ਿਸ਼ ਕਰ ਰਹੇ ਨੇ, ਇਸ ਸ਼ਬਦ ਦੇ ਰਹਾਉ ਵਾਲੇ ਬੰਦ ਨੇ ਬਰਸ ਘਨਾ ਮੇਰਾ ਮਨ ਪੀਨਾ, ਅੰਮ੍ਰਿਤ ਬੂੰਦ ਸੁਹਾਨੀ ਹੀ ਅਰੈ, ਗੁਰਮੋਹੀ ਮਨ ਹਰ ਰਸ ਲੀਨਾ।
ਜਿਵੇਂ ਸਾਉਣ ਦੇ ਮਹੀਨੇ ਦੇ ਵਿੱਚ ਮੀਂਹ ਵਰਦਾ, ਮੋਰ ਆਦਿਕ ਪੰਛੀ ਜਿਹੜੇ ਆ ਉਹ ਖੁਸ਼ ਹੁੰਦੇ ਆ, ਅਤੇ ਖਾਸ ਕਰਕੇ ਮੋਰ ਉਹ ਬੱਦਲਾਂ ਨੂੰ ਵੇਖ ਕੇ, ਘਣੇ ਸੰਘਣੇ ਬੱਦਲਾਂ ਨੂੰ ਵੇਖ ਕੇ ਪੈਲ ਪਾਉਂਦਾ, ਭਾਵ ਆਉਣ ਵਾਲੇ ਬੱਦਲ ਦਾ ਸਵਾਗਤ ਕਰਦਾ, ਅਤੇ ਨਾਲ ਇਹ ਆਪਣੇ ਵੱਲੋਂ ਬਿਨੈ ਕਰਦਾ ਕਿ ਪੂਰਾ ਮੋਲੇ ਧਾਰ ਵਰ, ਹੇ ਘਣਾ ਹੇ ਬੱਦਲ ਇਹਨਾਂ ਵਰ ਕਿ ਮੇਰਾ ਮਨ ਤਨ ਭਿੱਜ ਜਾਵੇ। ਇਸੇ ਤਰ੍ਹਾਂ ਕਿਉਂਕਿ ਇਸ ਪਾਵਨ ਪਵਿੱਤਰ ਬਾਣੀ ਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਰੂਪਕ ਅਲੰਕਾਰ ਦਾ ਕਟਾਕਸ਼ ਵਰਤਦੇ ਹੋਏ, ਭਾਵ ਜਿਵੇਂ ਕਿਸੇ ਚੀਜ਼ ਨੂੰ ਸਾਹਮਣੇ ਰੱਖ ਕੇ ਕੋਈ ਗੱਲ ਸਿੱਧ ਕਰਨੀ ਹੋਵੇ, ਰੂਪਕ ਅਲੰਕਾਰ ਇਹ ਹੈ ਕਿ ਬੱਦਲ ਅਤੇ ਮੋਰ ਜਿਵੇਂ ਉਹ ਦ੍ਰਿਸ਼ ਬਣਦਾ, ਇੱਦਾਂ ਜਦੋਂ ਗੁਰੂ ਆਪਣੇ ਪਿਆਰੇ 'ਤੇ ਕਿਰਪਾ ਕਰਦਾ ਆ, ਗੁਰੂ ਰੂਪ ਬੱਦਲ ਉਪਦੇਸ਼ ਰੂਪ ਵਰਖਾ ਕਰਦਾ, ਤਾਂ ਜਦੋਂ ਗੁਰੂ ਰੂਪ ਬੱਦਲ ਦੀ ਬਖਸ਼ਿਸ਼ ਹੁੰਦੀ ਹੈ ਤਾਂ ਜਗਿਆਸੂ ਰੂਪ ਮੋਰ ਜਿਹੜਾ ਆ ਇਹ ਫਿਰ ਗੁਰੂ ਰੂਪ ਬੱਦਲ ਦੇ ਅੱਗੇ ਬੇਨਤੀ ਕਰਦਾ ਆ ਕਿ ਇਹ ਗੁਰੂ ਰੂਪ ਬੱਦਲ ਘਣਾ ਬਰਸ, ਇੰਨਾ ਬਰਸ ਕਿ ਮੇਰਾ ਮਨ ਭਿੱਜ ਜਾਵੇ ਤੁਹਾਡੀ ਨਾਮ ਰੂਪੀ ਵਰਖਾ ਦੇ ਨਾਲ, ਮੇਰਾ ਮਨ ਤੁਹਾਡੇ ਵਸ ਵਿੱਚ ਆ ਜਾਵੇ। ਜਿਵੇਂ ਕਹਿੰਦੇ ਆ ਕਿ ਅੰਮ੍ਰਿਤ ਬੂੰਦ ਸੁਹਾਨੀ ਹੀਰ ਹੈ, ਜਿਵੇਂ ਵਰਖਾ ਰੂਪੀ ਬੂੰਦ ਸੁਹਾਣੀ ਹੁੰਦੀ ਹੈ ਇਹਨਾਂ ਜੀਵਾਂ ਵਾਸਤੇ, ਇਸੇ ਤਰ੍ਹਾਂ ਤੁਹਾਡੇ ਨਾਮ ਰੂਪੀ ਅੰਮ੍ਰਿਤ ਦੀ ਬੂੰਦ ਜਦੋਂ ਸਾਡੇ ਜੀਵਾਂ ਦੇ ਹਿਰਦੇ ਵਿੱਚ ਪੈਂਦੀ ਹੈ ਸਾਨੂੰ ਵੀ ਉਹ ਸੁਹਾਣੀ ਲੱਗਦੀ ਹੈ, ਭਾਵ ਸੋਹਣੀ ਲੱਗਦੀ ਹੈ। ਕਹਿੰਦੇ ਨੇ ਕਿ ਐਸੇ ਜੀਵ ਇਸਤਰੀ ਜਿਹਦੇ ਹਿਰਦੇ ਵਿੱਚ ਅੰਮ੍ਰਿਤ ਬੂੰਦ ਪੈ ਜਾਵੇ ਉਹਦਾ ਮਨ ਜਿਹੜਾ ਆ ਗੁਰੂ ਮੋਹ ਲੈਂਦਾ, ਅਤੇ ਉਹੀ ਜੀਵ ਗੁਰੂ ਕੋਲੋਂ ਨਾਮ ਰੂਪੀ ਅੰਮ੍ਰਿਤ ਰਸ ਨੂੰ ਪ੍ਰਾਪਤ ਕਰ ਸਕਦਾ। ਜਿਹਨੇ ਇਸ ਰਸ ਦੀ ਪ੍ਰਾਪਤੀ ਵਾਸਤੇ ਬੇਨਤੀ ਨਹੀਂ ਕੀਤੀ ਉਹਨੂੰ ਇਹ ਨਾਮ ਦਾ ਰਸ ਉਹਨਾਂ ਚਿਰ ਪ੍ਰਾਪਤ ਨਹੀਂ ਹੋ ਸਕਦਾ ਜਿੰਨਾ ਚਿਰ ਉਹ ਬੇਨਤੀ ਨਹੀਂ ਕਰਦਾ, ਜਿੰਨਾ ਚਿਰ ਅੰਮ੍ਰਿਤ ਰਸ ਦੀ ਪ੍ਰਾਪਤੀ ਵਾਸਤੇ ਗੁਰੂ ਅੱਗੇ ਝੋਲੀ ਨਹੀਂ ਅੜਦਾ। ਜਦੋਂ ਗੁਰੂ ਅੱਗੇ ਬੇਨਤੀ ਕਰੇਗਾ ਸਤਿਗੁਰੂ ਕਿਰਪਾ ਕਰਨਗੇ, ਜਿਵੇਂ ਬਾਹਰੀ ਵਰਖਾ ਦੇ ਨਾਲ ਮੋਰ ਆਦਿ ਖੁਸ਼ ਹੋ ਜਾਂਦੇ ਆ, ਪ੍ਰਸੰਨ ਹੋ ਜਾਂਦੇ ਆ, ਇਸੇ ਤਰ੍ਹਾਂ ਪਰਮਾਤਮਾ ਦੇ ਪਿਆਰੇ ਉਹਨਾਂ ਦਾ ਹਿਰਦਾ ਵੀ ਖਿੜ ਜਾਂਦਾ ਆ ਜਦੋਂ ਗੁਰੂ ਰੂਪ ਬੱਦਲ ਨਾਮ ਰੂਪੀ ਵਰਖਾ ਕਰਦਾ। ਸੋ ਅੱਜ ਦੇ ਇਸ ਸ਼ਬਦ ਦੇ ਆਰੰਭ ਵਿੱਚ ਗੁਰਦੇਵ ਬਖਸ਼ਿਸ਼ ਕਰਦੇ ਨੇ, ਮਲਾਰ ਮਹੱਲਾ ਪਹਿਲਾ ਬਿਨੋ ਕਰੋ ਗੁਰ ਆਪਣੇ ਪ੍ਰੀਤਮ, ਮੈਂ ਜੀਵ ਆਪਣੇ ਪ੍ਰੀਤਮ ਗੁਰੂ ਦੇ ਅੱਗੇ ਬਿਨੋ ਕਰਦਾ ਹਾਂ, ਅਰਦਾਸ ਕਰਦਾ ਹਾਂ, ਬਿਨੋ ਕਰੋ ਗੁਰ ਆਪਣੇ ਪ੍ਰੀਤਮ, ਕਿਉਂਕਿ ਗੁਰੂ ਸਾਡਾ ਆਪਣਾ ਆ, ਸਾਡਾ ਪ੍ਰੀਤਮ ਹੈ, ਸਾਡਾ ਪਿਆਰਾ ਹੈ, ਅਤੇ ਬੇਨਤੀ ਪਿਆਰਾ ਹੀ ਸੁਣਦਾ ਹੁੰਦਾ ਆ, ਹੋਰ ਕੋਈ ਨਹੀਂ ਸੁਣਦਾ ਹੁੰਦਾ। ਜਿਹੜਾ ਪਿਆਰਾ ਹੈ ਨਾ ਉਹਦੇ ਅੱਗੇ ਅਰਜ਼ ਕੀਤੀ ਹੋਈ ਸਾਡੀ ਪ੍ਰਵਾਨ ਹੁੰਦੀ ਹੈ, ਵਰਨਾ ਅਰਜ਼ ਕੀਤੀ ਵੀ ਵਿਅਰਥ ਚਲੀ ਜਾਂਦੀ ਹੈ। ਜਿੰਨੇ ਮਰਜ਼ੀ ਕਿਸੇ ਦੇ ਤਰਲੇ ਮਾਰ ਲਓ, ਜੇ ਉਹ ਤਰਲੇ ਜਿਹਦੇ ਅੱਗੇ ਮਾਰ ਰਹੇ ਹਾਂ, ਜਿਹਦੇ ਅੱਗੇ ਬਿਨੋ ਕਰ ਰਹੇ ਹਾਂ, ਜੇ ਉਹਦਾ ਸਾਡੇ ਨਾਲ ਕੋਈ ਸੰਬੰਧ ਨਹੀਂ ਤਾਂ ਉਹਦਾ ਮਨ ਨਹੀਂ ਪਸੀਦਾ।
ਤਾਂ ਜਿਹਦੇ ਜਿਹਦੇ ਨਾਲ ਸਾਡਾ ਸਨੇਹ ਹੁੰਦਾ, ਜਿਹੜਾ ਸਾਡਾ ਆਪਣਾ ਹੁੰਦਾ, ਉਹਨੂੰ ਕਈ ਵਾਰਾਂ ਕਹਿਣ ਦੀ ਵੀ ਲੋੜ ਨਹੀਂ ਪੈਂਦੀ। ਉਹ ਚਿਹਰਾ ਹੀ ਵੇਖ ਲੈਂਦਾ, ਉਹ ਵੇਖਦਿਆਂ ਪੁੱਛ ਲੈਂਦਾ ਤੈਨੂੰ ਕੀ ਪਰੇਸ਼ਾਨੀ ਹੈ, ਤੈਨੂੰ ਕਿਹੜੀ ਚੀਜ਼ ਦੀ ਲੋੜ ਆ। ਵੈਸੇ ਗੁਰਬਾਣੀ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਗੁਰੂ ਨੂੰ, ਪਰਮਾਤਮਾ ਨੂੰ ਅੰਤਰਜਾਮੀ ਦੇ ਰੂਪ ਵਿੱਚ ਬਿਆਨਿਆ ਆ ਕਿ ਉਹ ਮਾਲਕ ਜਿਹੜਾ ਹਿਰਦੇ ਦੀਆਂ ਜਾਣਦਾ, ਜਿਹਨੂੰ ਬੋਲ ਕੇ ਵੀ ਦੱਸਣ ਦੀ ਲੋੜ ਨਹੀਂ। ਪਰ ਸਤਿਗੁਰੂ ਕਹਿੰਦੇ ਆ ਕਿ ਫਿਰ ਵੀ ਮੈਂ ਉਸ ਪਿਆਰੇ ਗੁਰੂ ਦੇ ਅੱਗੇ ਬਿਨੋਂ ਕਰਦਾ, ਮੈਂ ਉਹਦੇ ਅੱਗੇ ਅਰਦਾਸ ਕਰਦਾ ਹਾਂ, ਬਿਨੋ ਕਰੋ ਬਿਨੋ ਗੁਰ ਆਪਣੇ ਪ੍ਰੀਤਮ ਹਰ ਵਾਰ ਆਣ ਮਿਲਾਵੈ, ਕਿ ਉਹ ਕਿਰਪਾ ਕਰੇ ਮੈਨੂੰ ਮੇਰੇ ਵਾਰ ਹਰੀ ਪਰਮਾਤਮਾ ਦੇ ਨਾਲ ਮਿਲਾ ਦੇਵੇ। ਇਹ ਜੀਵ ਰੂਪੀ ਇਸਤਰੀ ਤਾਂ ਹੀ ਸੁਹਾਗਣ ਹੋ ਸਕਦੀ ਹੈ ਜੇ ਇਹਨੂੰ ਵਰ ਰੂਪ ਪਰਮਾਤਮਾ ਪ੍ਰਾਪਤ ਹੋ ਜਾਵੇ। ਜਿਵੇਂ ਇੱਕ ਦੁਨਿਆਵੀ ਇਸਤਰੀ, ਕਿਉਂਕਿ ਅੱਜ ਦੀ ਬਾਣੀ ਜਿਹੜੀ ਹੈ ਇਹ ਰੂਪਕ ਅਲੰਕਾਰ ਹੈ, ਭਾਵ ਉਦਾਹਰਣ ਦੇ ਕੇ ਸਮਝਾਉਣ ਵਾਸਤੇ ਸਤਿਗੁਰੂ ਪਾਤਸ਼ਾਹ ਨੇ ਇਹ ਬਖਸ਼ਿਸ਼ ਕੀਤੀ ਹੈ। ਸੋ ਇਹਦੇ ਵਿੱਚੋਂ ਜਿਵੇਂ ਇੱਕ ਇਸਤਰੀ ਪਤੀ ਮਿਲਾਪ ਤੋਂ ਬਗੈਰ ਸੁਹਾਗਣ ਨਹੀਂ ਹੋ ਸਕਦੀ, ਇਸੇ ਤਰ੍ਹਾਂ ਜੀਵ ਰੂਪੀ ਇਸਤਰੀ ਪਰਮਾਤਮਾ ਪਤੀ ਦੀ ਪ੍ਰਾਪਤੀ ਤੋਂ ਬਿਨਾਂ ਸੁਹਾਗ ਭਾਗ ਵਾਲੀ ਨਹੀਂ ਹੋ ਸਕਦੀ। ਸੋ ਸਤਿਗੁਰੂ ਕਹਿੰਦੇ ਆ ਕਿ ਮੈਂ ਬਿਨੋਂ ਕਰਦਾ ਹਾਂ ਕਿ ਮੈਨੂੰ ਮੇਰਾ ਗੁਰੂ ਪ੍ਰੀਤਮ ਮੇਰੇ ਵਰ ਹਰੀ ਪਰਮਾਤਮਾ ਦੇ ਨਾਲ ਮਿਲਾ ਦੇਵੇ। ਕਰੋ ਬਿਨੋ ਗੁਰ ਆਪਣੇ ਪ੍ਰੀਤਮ ਹਰ ਵਾਰ ਆਣ ਮਿਲਾਵੈ, ਮੈਨੂੰ ਮੇਰੇ ਵਰ ਹਰੀ ਦੇ ਨਾਲ ਮਿਲਾ ਦੇਵੇ। ਸੁਣ ਘਨ ਘੋਰ ਸੀਤਲ ਮਨ ਮੋਰਾ, ਲਾਲ ਰਤੀ ਗੁਣ ਗਾਵੈ। ਘਨ ਘੋਰ ਹੁੰਦੀ ਆ ਜਿੱਦਾਂ ਬੱਦਲ ਗੱਜਦਾ, ਘਨ ਤੋਂ ਭਾਵ ਬੱਦਲ, ਘੋਰ ਤੋਂ ਭਾਵ ਜਿਵੇਂ ਬੱਦਲ ਗੱਜਦਾ, ਘੋਰ ਉਹਦੀ ਗੂੰਜ, ਬੱਦਲ ਦੀ ਗੂੰਜ। ਜਿਵੇਂ ਬੱਦਲ ਗਰਜਦਾ ਗੂੰਜ ਪਾਉਂਦਾ, ਜਿਉਂ ਜਿਉਂ ਬੱਦਲ ਗਰਜਦਾ ਆ ਤਿਉਂ ਤਿਉਂ ਮੋਰ ਨੂੰ ਚਾ ਚੜ੍ਹਦਾ ਕਿ ਮੀਂਹ ਪਵੇਗਾ। ਜੀਵ ਰੂਪੀ ਇਸਤਰੀ ਨੂੰ ਜਿਉਂ ਜਿਉਂ ਗੁਰੂ ਉਪਦੇਸ਼ ਰੂਪੀ ਬੱਦਲ ਵਾਂਗ ਗਰਜਦਾ, ਭਾਵ ਜਦੋਂ ਗਗਨ ਦਮਾਮਾ ਵੱਜਦਾ, ਆਕਾਸ਼ ਵਿੱਚ ਉਸ ਪਰਮਾਤਮਾ ਦੀ ਹੋਣ ਦਾ ਅਹਿਸਾਸ ਹੁੰਦਾ, ਗਗਨ ਤੋਂ ਭਾਵ ਹੁੰਦਾ ਆ ਆਕਾਸ਼, ਅਤੇ ਉਹਦਾ ਸ਼ਬਦ ਜਦੋਂ ਪੂਰੇ ਫਿਜ਼ਾ ਵਿੱਚ ਗੂੰਜਦਾ ਹੋਇਆ ਸੁਣਾਈ ਦਿੰਦਾ, ਤਾਂ ਫਿਰ ਜਿਹੜਾ ਆ ਨਾ ਜੀਵ ਰੂਪੀ ਇਸਤਰੀ ਦੇ ਹਿਰਦੇ ਉੱਤੇ ਪਰਮਾਤਮਾ ਦੇ ਗੁਰੂ ਦੇ ਸ਼ਬਦ ਰੂਪੀ ਬਾਣ ਦਾ ਵਜਣਾ ਹੁੰਦਾ ਆ। ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ, ਖੇਤ ਜੋ ਮਾਂਡਿਓ ਸੂਰਮਾ ਬਜੂਜਨ ਖੋਦਾਓ। ਭਾਵੇਂ ਇਹ ਜੰਗ ਯੁੱਧ ਵਿੱਚ ਜਾਣ ਲੱਗਿਆਂ ਸੂਰਵੀਰ ਯੋਧੇ ਬਹਾਦਰ ਇਹਨਾਂ ਪਾਵਨ ਬਚਨਾਂ ਦਾ ਸਹਾਰਾ ਲੈਂਦੇ ਆ, ਪਰ ਇਸ ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਨੇ ਬਾਣੀ ਵਿੱਚ ਇਹ ਵੀ ਕਿਹਾ ਹੋਇਆ ਕਿ ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਹੀਅਤ ਹੈ ਸੂਰਾ। ਇਸ ਯੁੱਗ ਦੇ ਵਿੱਚ ਜਿਹਨੂੰ ਪਰਮਾਤਮਾ ਦੇ ਨਾਮ ਦਾ ਰੰਗ ਲੱਗਿਆ ਹੋਇਆ ਆ ਉਹ ਵੀ ਸੂਰਮਾ ਆ, ਉਹ ਵੀ ਬਹਾਦਰ ਹੈ, ਕਿਉਂਕਿ ਵਿਸ਼ੇ ਵਿਕਾਰਾਂ ਵਿੱਚੋਂ ਨਿਕਲ ਕੇ ਕਾਮਨਾਵਾਂ ਦੀ ਅਧੀਨ ਨਾ ਹੋਣਾ, ਕਾਮਨਾਵਾਂ ਤੋਂ ਆਜ਼ਾਦ ਹੋ ਕੇ ਇਸ ਰਣਤੱਤੀ ਵਿੱਚ ਜੂਝਣਾ ਵੀ ਬਹੁਤ ਔਖਾ।
ਪਰ ਜਿਹੜਾ ਉਸ ਪਰਮਾਤਮਾ ਦੇ ਵੱਜਦੇ ਹੋਏ ਦਮਾਮੇ ਨੂੰ ਭਾਵ ਨਗਾਰਿਆਂ ਨੂੰ, ਧੌਂਸਿਆਂ 'ਤੇ ਵੱਜਦੀਆਂ ਹੋਈਆਂ ਚੋਟਾਂ ਨੂੰ, ਵੱਜਦੀਆਂ ਹੋਈਆਂ ਭੇਰੀਆਂ ਨੂੰ, ਨਰਸਿੰਗਿਆਂ ਨੂੰ ਸੁਣ ਲੈਂਦਾ, ਅਨਾਹਦ ਨਾਦ ਨੂੰ ਸੁਣ ਲੈਂਦਾ, ਅਸਮਾਨ ਵਿੱਚ ਗਗਨ ਵਿੱਚ ਵੱਜਦੇ ਹੋਏ ਸਦਾ ਨਿਰੰਤਰ ਵੱਜਦੇ ਹੋਏ ਵਾਜਿਆਂ ਨੂੰ ਜਿਹੜਾ ਸੁਣ ਲੈਂਦਾ ਆ, ਜਿਹੜਾ ਬੱਦਲ ਦੀ ਗੂੰਜ ਨੂੰ ਸੁਣ ਲੈਂਦਾ, ਕਣਕੋਰ ਨੂੰ ਸੁਣ ਲੈਂਦਾ, ਜਿਹੜਾ ਗੁਰੂ ਦੇ ਜਪੇ ਜਾ ਰਹੇ ਸ਼ਬਦ ਦੀ ਗੂੰਜ ਨੂੰ ਸੁਣ ਲੈਂਦਾ, ਉਹਦਾ ਮਨ ਪ੍ਰਸੰਨ ਹੋਵੇਗਾ ਹੀ ਹੋਵੇਗਾ। ਉਹਦਾ ਮਨ ਖਿੜੇਗਾ ਹੀ ਖਿੜੇਗਾ ਜਿਹਨੂੰ ਬਾਣੀ ਨਾਲ ਪਿਆਰ ਹੈ। ਤਾਂ ਸਤਿਗੁਰੂ ਕਹਿੰਦੇ ਆ ਕਿ ਸੁਣ ਕੰਨ ਘੋਰ ਸੀਤਲ ਮਨ ਮੋਰਾ। ਜਦੋਂ ਮੈਂ ਗੁਰੂ ਨੂੰ ਬੱਦਲ ਦੀ ਕੰਨ ਘੋਰ ਸੁਣੀ, ਕੰਨ ਤੋਂ ਭਾਵ ਬੱਦਲ, ਘੋਰ ਤੋਂ ਭਾਵ ਗੂੰਜ ਸੁਣੀ, ਤਾਂ ਮੇਰਾ ਮਨ ਠੰਡਾ ਹੋ ਗਿਆ, ਸੀਤਲ ਹੋ ਗਿਆ। ਸੁਣ ਕੰਨ ਘੋਰ ਸੀਤਲ ਮਨ ਮੋਰਾ, ਲਾਲ ਰੱਤੀ ਗੁਣ ਗਾਵੈ। ਅਤੇ ਜਿਹਦੇ ਨਾਲ ਵੀ ਇਹ ਵਾਪਰ ਗਿਆ ਨਾ, ਉਹੀ ਜੀਵ ਇਸਤਰੀ ਪਰਮਾਤਮਾ ਦੇ ਲਾਲ ਰੰਗ ਦੇ ਵਿੱਚ ਰਤੀ ਗਈ ਅਤੇ ਪਰਮਾਤਮਾ ਦੇ ਗੁਣ ਗਾਉਣ ਲੱਗ ਪਈ। ਭਾਵ ਗੁਰੂ ਦੇ ਸ਼ਬਦ ਨੇ ਜਦੋਂ ਗੂੰਜ ਪਾਈ ਸਾਡੇ ਉਹ ਕੰਨਾਂ ਵਿੱਚ ਪਈ, ਤਾਂ ਅਸੀਂ ਉਹਦੇ ਰੰਗ ਵਿੱਚ ਰੰਗੇ ਗਏ ਅਤੇ ਨਾਮ ਦੇ ਰੰਗ ਵਿੱਚ ਰੰਗੇ ਜਾ ਕੇ ਉਸ ਪਰਮਾਤਮਾ ਦੇ ਗੁਣਾਂ ਨੂੰ ਗਾਉਣਾ ਸ਼ੁਰੂ ਕਰ ਦਿੱਤਾ। ਸੋ ਗੁਰਦੇਵ ਬਖਸ਼ਿਸ਼ ਕਰਦੇ ਨੇ ਕਿ ਲਾਲ ਰੱਤੀ, ਰੱਤੀ ਤੋਂ ਭਾਵ ਰੰਗੀ ਗਈ, ਪਰਮਾਤਮਾ ਦੇ ਗੂੜੇ ਰੰਗ ਦੇ ਵਿੱਚ, ਜਿੱਦਾਂ ਲਾਲ ਰੰਗ ਹੁੰਦਾ, ਲਾਲ ਰੱਤੀ ਗੁਣ ਗਾਵੈ, ਅਤੇ ਲਾਲ ਪਿਆਰੇ ਨੂੰ ਵੀ ਕਹਿੰਦੇ ਆ। ਇੰਜ ਵੀ ਸਮਝ ਸਕਦੇ ਹਾਂ ਕਿ ਪਿਆਰੇ ਦੇ ਰੰਗ ਵਿੱਚ ਰੰਗੀ ਗਈ ਰੂਹ ਜਿਹੜੀ ਆ ਉਹ ਪਰਮਾਤਮਾ ਦੇ ਗੁਣਾਂ ਨੂੰ ਗਾਉਂਦੀ ਹੈ। ਸੋ ਸਤਿਗੁਰੂ ਪਾਤਸ਼ਾਹ ਅੱਗੇ ਕਹਿੰਦੇ ਨੇ, ਬਰਸ ਕਨਾ ਮੇਰਾ ਮਨ ਭਿੰਨਾ। ਘਣਾ ਤੋਂ ਭਾਵ ਵੀ ਬੱਦਲ ਹੈ। ਹੇ ਬੱਦਲ, ਹੇ ਗੁਰੂ ਬੱਦਲ, ਬਰਸ ਤਾਂ ਜੋ ਮੇਰਾ ਮਨ ਭਿੱਜ ਜਾਵੇ, ਇੰਨਾ ਮੈਨੂੰ ਉਪਦੇਸ਼ ਦੇ, ਇੰਨਾ ਮੈਂ ਤੁਹਾਡੀ ਬਾਣੀ ਨੂੰ ਕੰਨਾਂ ਕਰਕੇ ਸੁਣਾ, ਮੇਰੀ ਸਰੋਤ ਇੰਨੀ ਜ਼ਿਆਦਾ ਵੱਧ ਜਾਵੇ ਕਿ ਮੇਰਾ ਮਨ ਹੀ ਭਿੱਜ ਜਾਵੇ। ਕਈ ਵਾਰ ਕਦੀ ਕਦੀ ਐਸਾ ਹੁੰਦਾ, ਅਕਸਰ ਨਹੀਂ ਹੁੰਦਾ, ਕਦੀ ਕਦੀ ਐਸਾ ਹੁੰਦਾ ਕਿ ਜਦੋਂ ਅਸੀਂ ਪਰਮਾਤਮਾ ਦੀ, ਗੁਰੂ ਦੀ ਬਾਣੀ ਨੂੰ ਸੁਣਦੇ ਹਾਂ, ਤਾਂ ਬਾਣੀ ਨੂੰ ਸੁਣਦਿਆਂ ਸੁਣਦਿਆਂ ਸਾਡੀਆਂ ਅੱਖਾਂ ਵਿੱਚ ਵਿਰਾਗ ਆ ਜਾਂਦਾ, ਵਿਰਾਗਮਈ ਹੋ ਜਾਂਦੀਆਂ। ਜਦੋਂ ਅੱਖਾਂ ਵਿੱਚ ਵਿਰਾਗ ਹੁੰਦਾ, ਸਮਝ ਲਓ ਕਿ ਮਨ ਭਿੱਜ ਗਿਆ, ਕਿਉਂਕਿ ਇੱਕ ਰੋਣਾ ਧੋਣਾ ਹੁੰਦਾ ਹੈ ਦੁਨਿਆਵੀ ਸੰਸਾਰਕ, ਇੱਕ ਪਰਮਾਤਮਾ ਦੀ ਯਾਦ ਵਿੱਚ ਭਾਵੁਕ ਹੋਣਾ ਹੁੰਦਾ, ਨੇਤਰ ਸੇਜਲ ਹੋ ਜਾਣੇ, ਅੱਖਾਂ ਵਿੱਚ ਜਲ ਆ ਜਾਣਾ, ਗੱਚ ਭਰ ਆਉਣਾ, ਭਾਵ ਮੁੱਖ ਵਿੱਚੋਂ ਗੱਲ ਨਾ ਹੋਣੀ, ਇਹ ਚੰਗੇ ਭਾਗਾਂ ਦੀ ਨਿਸ਼ਾਨੀ ਹੈ। ਸੋ ਜਿਹਦੇ ਨਾਲ ਇਹ ਵਾਪਰ ਜਾਂਦਾ ਆ, ਸਤਿਗੁਰੂ ਕਹਿੰਦੇ ਆ ਕਿ ਸਮਝ ਲਓ ਕਿ ਉਹਦਾ ਮਨ ਭਿੱਜ ਗਿਆ। ਸਤਿਗੁਰੂ ਕਹਿੰਦੇ ਆ ਕਿ ਬਰਸ ਕਨਾ ਮੇਰਾ ਮਨ ਭਿੰਨਾ, ਅੰਮ੍ਰਿਤ ਬੂੰਦ ਸੁਹਾਨੀ ਹੀਰ। ਹੁਣ ਜਿਹੜੀ ਅੰਮ੍ਰਿਤ ਬੂੰਦ, ਨਾਮ ਰੂਪੀ ਅੰਮ੍ਰਿਤ ਬੂੰਦ ਪਈ ਹੈ ਨਾ, ਉਹ ਮੇਰੇ ਹਿਰਦੇ ਵਿੱਚ ਸੁਹਾਣੀ ਭਾਵ ਸੋਹਣੇ ਤਰੀਕੇ ਨਾਲ ਟਿਕ ਗਈ ਹੈ। ਐਸੀ ਬਖਸ਼ਿਸ਼ ਪ੍ਰਾਪਤ ਹੋ ਗਈ ਕਿ ਅੰਮ੍ਰਿਤ ਬੂੰਦ ਸੁਹਾਨੀ ਹੀਰ ਹੈ, ਗੁਰਮੋਹੀ ਮਨ ਹਰ ਰਸਲੀਨਾ ਰਹਾਉ। ਅਤੇ ਗੁਰੂ ਦੇ ਪਿਆਰ ਵਿੱਚ, ਉਸ ਨਾਮ ਦੇ ਰਸ ਵਿੱਚ ਮੇਰੀ ਆਤਮਾ ਮੋਹੀ ਗਈ, ਗੁਰਮੋਹੀ, ਗੁਰੂ ਨੇ ਮੇਰੇ ਮਨ ਨੂੰ ਮੋਹ ਲਿਆ,
ਮਨ ਹਰ ਰਸ ਲੀਨਾ। ਹੁਣ ਜਿਹੜਾ ਮੇਰਾ ਮਨ ਆ ਉਹ ਹਰੀ ਪਰਮਾਤਮਾ ਦੇ ਰਸ ਨੂੰ ਲੈਣ ਵਾਲਾ ਹੋ ਗਿਆ ਆ। ਹੁਣ ਮੇਰਾ ਮਨ ਉਹ ਪਾਂਡਾ ਬਣ ਗਿਆ ਜਿਹਦੇ ਵਿੱਚ ਨਾਮ ਰੂਪੀ ਰਸ ਵੀ ਟਿਕ ਸਕਦਾ ਆ। ਹੁਣ ਇਹ ਨਾਮ ਰੂਪੀ ਰਸ ਜਿਹੜਾ ਆ ਇਹਦੇ ਤੋਂ ਮੈਂ ਵਾਂਝਾ ਨਹੀਂ ਰਵਾਂਗਾ, ਕਿਉਂਕਿ ਮੈਨੂੰ ਇਹਦਾ ਆਨੰਦ ਇਹਦਾ ਰਸ ਪ੍ਰਾਪਤ ਹੋਣਾ ਸ਼ੁਰੂ ਹੋ ਗਿਆ। ਸੋ ਸਤਿਗੁਰੂ ਬਖਸ਼ਿਸ਼ ਕਰਦੇ ਨੇ ਕਿ ਅੰਮ੍ਰਿਤ ਬੂੰਦ ਸੁਹਾਨੀ ਜੀ ਅਰੈ ਹੀ ਅਰੈ ਗੁਰਮੋਹੀ ਮਨ ਹਰ ਰਸ ਲੀਨਾ ਰਹਾਉ ਸਹਿਜ ਸੁਖੀ ਵਰ ਕਾਮਣ ਪਿਆਰੀ ਜਿਸ ਗੁਰਬਚਨੀ ਮਨ ਮੰਨਿਆ। ਕਹਿੰਦੇ ਨੇ ਕਿ ਜਿਹੜੀ ਕਾਮਣ ਭਾਵ ਜੀ ਇਸਤਰੀ ਵਰ ਨੂੰ ਪਿਆਰੀ ਹੋ ਗਈ, ਭਾਵ ਪਤੀ ਪਰਮਾਤਮਾ ਨੂੰ ਚੰਗੀ ਲੱਗੀ, ਸਹਿਜ ਸੁਖੀ ਉਹਦੇ ਅੰਦਰ ਟਿਕਾ ਆ ਗਿਆ ਅਤੇ ਆਤਮਿਕ ਸੁੱਖ ਪ੍ਰਾਪਤ ਹੋ ਗਿਆ, ਜੋ ਸਭ ਤੋਂ ਵੱਡੀ ਦਾਤ ਹੈ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਸਹਿਜ ਸੁਖੀ ਵਰ ਕਾਮਣ ਪਿਆਰੀ ਜਿਸ ਗੁਰਬਚਨੀ ਮਨ ਮੰਨਿਆ। ਪਰ ਉਹਦੇ ਨਾਲ ਉਹਦੀ ਇਹ ਅਵਸਥਾ ਬਣੀ ਜਿਹਦਾ ਮਨ ਗੁਰੂ ਦੇ ਬਚਨਾਂ ਦੇ ਨਾਲ ਮੰਨ ਗਿਆ। ਜ਼ਰੂਰੀ ਹੈ ਕਿ ਜਿਹੜੇ ਵੀ ਬਚਨ ਆਪਾਂ ਗੁਰੂ ਦੇ ਸਰਵਣ ਕਰਦੇ ਹਾਂ ਉਹਨਾਂ ਦੇ ਵਿੱਚ ਸਾਡਾ ਮਨ ਮੰਨ ਜਾਵੇ। ਜੇ ਸਾਡਾ ਮਨ ਹੀ ਅਜੇ ਗੁਰੂ ਪ੍ਰਤੀ ਜਾਂ ਗੁਰੂ ਦੀ ਬਾਣੀ ਪ੍ਰਤੀ ਨਹੀਂ ਮੰਨਿਆ ਤਾਂ ਫਿਰ ਇਹ ਅਵਸਥਾ ਨਹੀਂ ਬਣ ਸਕਦੀ, ਨਾ ਸਾਨੂੰ ਆਤਮਿਕ ਸੁੱਖ ਪ੍ਰਾਪਤ ਹੁੰਦਾ ਅਤੇ ਨਾ ਹੀ ਅਸੀਂ ਪਰਮਾਤਮਾ ਰੂਪੀ ਵਰ ਦੀ ਪਿਆਰੀ ਕਾਮਣ ਜੀਵ ਇਸਤਰੀ ਬਣ ਸਕਦੇ ਹਾਂ। ਕਿਉਂਕਿ ਪਤਨੀ ਉਹੀ ਪਤੀ ਨੂੰ ਪਿਆਰੀ ਹੋ ਸਕਦੀ ਜਿਹੜੀ ਪਤੀ ਦਾ ਹੁਕਮ ਮੰਨਦੀ ਆ। ਜਿਹੜੀ ਹੁਕਮ ਨਹੀਂ ਮੰਨਦੀ ਉਹ ਭਾਵੇਂ 16 ਸ਼ਿੰਗਾਰ ਕਰਕੇ ਕਿਉਂ ਨਾ ਤੁਰੀ ਫਿਰੇ, ਉਹ ਪਤੀ ਨੂੰ ਬਿਲਕੁਲ ਪਿਆਰੀ ਨਹੀਂ ਲੱਗੇਗੀ, ਭਾਵ ਉਹਨੂੰ ਪਤੀ ਪਸੰਦ ਨਹੀਂ ਕਰੇਗਾ, ਕਿਉਂਕਿ ਗੱਲ ਤਾਂ ਹੁਕਮ ਮੰਨਦੀ ਹੈ। ਸੋ ਇਸੇ ਤਰ੍ਹਾਂ ਜੋ ਜੀਵ ਇਸਤਰੀ ਗੁਰੂ ਦਾ ਹੁਕਮ ਰੱਬ ਦਾ ਹੁਕਮ ਸਤ ਕਰਕੇ ਮੰਨਦੀ ਹੈ, ਗੁਰਬਚਨੀ ਮਨ ਮੰਨਿਆ, ਜਿਹਦਾ ਗੁਰੂ ਦੇ ਵਚਨਾਂ ਪ੍ਰਤੀ ਮਨ ਮੰਨ ਗਿਆ ਉਹਦੇ ਅੰਦਰ ਹੀ ਆਤਮਿਕ ਸੁੱਖ ਟਿਕ ਸਕਿਆ ਅਤੇ ਉਹੀ ਪਰਮਾਤਮਾ ਪਤੀ ਨੂੰ ਪਿਆਰੀ ਲੱਗੀ। ਸਤਿਗੁਰੂ ਬਖਸ਼ਿਸ਼ ਕਰਦੇ ਨੇ ਕਿ ਸਹਿਜ ਸੁਖੀ ਵਰ ਕਾਮਣ ਪਿਆਰੀ ਜਿਸ ਗੁਰਬਚਨੀ ਮਨ ਮੰਨਿਆ ਹਰ ਵਰ ਨਾਰ ਭਈ ਸੁਹਾਗਣ। ਅਸਲ ਦੇ ਵਿੱਚ ਉਹੀ ਜੀਵ ਇਸਤਰੀ ਸੁਹਾਗਣ ਹੈ, ਚੰਗੇ ਭਾਗਾਂ ਵਾਲੀ ਹੈ, ਜਿਹਨੂੰ ਹਰੀ ਪਰਮਾਤਮਾ ਰੂਪੀ ਵਰ ਮਿਲ ਗਿਆ। ਕਿਉਂਕਿ ਆਰੰਭ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਕਿ ਕਰੋ ਬਿਨੋ ਗੁਰ ਆਪਣੇ ਪ੍ਰੀਤਮ ਹਰ ਵਰ ਆਣ ਮਿਲਾਵੈ। ਬੇਨਤੀ ਇਹੋ ਹੈ ਇਸ ਸ਼ਬਦ ਦੇ ਵਿੱਚ ਕਿ ਗੁਰੂ ਪ੍ਰੀਤਮ ਪਿਆਰਾ ਗੁਰੂ ਮੈਨੂੰ ਵਰ ਰੂਪੀ ਪਰਮਾਤਮਾ ਦੇ ਨਾਲ ਮਿਲਾ ਦੇਵੇ, ਆਪ ਆਣ ਕੇ ਖੁਦ ਆ ਕੇ ਮਿਲਾ ਦੇਵੇ। ਸੋ ਇਸ ਪੰਕਤੀ ਤੱਕ ਪਹੁੰਚਦਿਆਂ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਕਿ ਹਰ ਵਰ ਨਾਰ ਭਈ ਸੁਹਾਗਣ ਮਨ ਤਨ ਪ੍ਰੇਮ ਸੁਖਾਨਿਆ। ਅਤੇ ਜਦੋਂ ਵੱਡੇ ਭਾਗ ਹੋ ਗਏ ਸਾਡਾ ਜਿਹੜਾ ਮਨ ਅਤੇ ਤਨ ਇਹ ਪਰਮਾਤਮਾ ਦੇ ਪ੍ਰੇਮ ਵਿੱਚ ਸੁਖਾਨਿਆਂ ਤੋਂ ਭਾਵ ਸੁੱਖ ਵਾਲੀ ਅਵਸਥਾ ਦੇ ਵਿੱਚ ਪਹੁੰਚ ਗਿਆ, ਉਹ ਅਵਸਥਾ ਜਿੱਥੇ ਸੁੱਖ ਹੀ ਸੁੱਖ ਹੈ। ਸੁਖਾਨਿਆਂ ਤੋਂ ਭਾਵ ਹੁੰਦਾ ਹੈ ਸੁਖਾਇਆ, ਚੰਗਾ ਲੱਗਣ ਲੱਗ ਪਿਆ। ਹੁਣ ਇਸ ਅਵਸਥਾ ਦੇ ਨਾਲ ਵੀ ਪ੍ਰੇਮ ਹੋ ਗਿਆ, ਜਿੱਥੇ ਇਹ ਅਵਸਥਾ ਇੱਦਾਂ ਲੱਗਦੀ ਸੀ ਜਦੋਂ ਅਜੇ ਇਸ ਪਾਸੇ ਜਗਿਆਸੂ ਆਇਆ ਨਹੀਂ ਸੀ, ਹੁਣ ਇੰਝ ਲੱਗਦਾ ਸੀ ਕਿ ਮੈਂ ਇਸ ਦੁਨੀਆ ਤੋਂ ਟੁੱਟ ਕੇ
ਜਦੋਂ ਉਸ ਦੁਨੀਆ ਨਾਲ ਜੁੜਾਂਗਾ ਪਤਾ ਨਹੀਂ ਮੇਰਾ ਜੀਵਨ ਕਿਹੋ ਜਿਹਾ ਹੋਵੇਗਾ, ਮੇਰੇ ਹਾਲਾਤ ਕਿਹੋ ਜਿਹੇ ਹੋਣਗੇ, ਮੇਰੇ ਜੀਵਨ 'ਚ ਕੀ ਬਦਲਾਓ ਆਵੇਗਾ, ਪਤਾ ਨਹੀਂ ਮੈਨੂੰ ਉਹ ਅਵਸਥਾ ਚੰਗੀ ਲੱਗੇਗੀ ਜਾਂ ਨਹੀਂ ਲੱਗੇਗੀ। ਕਈ ਵਾਰ ਪਿਛਲੇ ਸਮੇਂ ਦੇ ਦੌਰਾਨ ਜਦੋਂ ਸੰਨਿਆਸ ਆਦਿ ਧਾਰਨ ਕਰਨ ਵਾਲਿਆਂ ਨੇ ਘਰ ਬਾਰ ਤਿਆਗ ਦੇਣਾ ਅਤੇ ਮੁੜ ਕੇ ਪਛਤਾਉਣਾ, ਪਛਤਾਤਾਪ ਕਰਨਾ ਕਿ ਮੈਂ ਕਾਹਨੂੰ ਘਰ ਛੱਡ ਬੈਠਾ, ਕਿੱਡਾ ਵਧੀਆ ਸੰਸਾਰ ਸੀ, ਕਿੰਨਾ ਵਧੀਆ ਪਰਿਵਾਰ ਸੀ, ਉਹ ਗ੍ਰਿਸਤੀਆਂ ਵੱਲ ਵੇਖ ਕੇ ਵੀ ਚੁਰਦਾ ਰਹਿੰਦਾ ਆ, ਜਦੋਂ ਉਹਨਾਂ ਦੇ ਕਾਰੋਬਾਰ, ਜਦੋਂ ਉਹਨਾਂ ਦੇ ਔਲਾਦ ਧੀਆਂ ਪੁੱਤਰ ਪਰਿਵਾਰ ਵੇਖਦਾ ਆ ਤਾਂ ਉਹਨਾਂ ਵੱਲ ਵੇਖ ਕੇ ਵੀ ਚੁਰਦਾ ਆ, ਅਤੇ ਫਿਰ ਉਹਨੂੰ ਉਹਨਾਂ ਦੇ ਨਾਲ ਘਿਰਨਾ ਵੀ ਹੋ ਜਾਂਦੀ ਹੈ, ਫਿਰ ਉਹਨਾਂ ਨੂੰ ਨਿੰਦਰਾਂ ਵੀ ਸ਼ੁਰੂ ਕਰ ਦਿੰਦਾ ਗ੍ਰਿਸਤੀਆਂ ਨੂੰ, ਜਿਹਦਾ ਜ਼ਿਕਰ ਸਤਿਗੁਰੂ ਨੇ ਬਾਣੀ ਵਿੱਚ ਵੀ ਕੀਤਾ ਹੋਇਆ ਆ ਕਿ ਉਹਨਾਂ ਦੇ ਨਾਲ ਹੀ ਤੇਰਾ ਸੰਬੰਧ ਹੈ, ਉਹਨਾਂ ਦੇ ਕੋਲੋਂ ਲੈ ਕੇ ਤੂੰ ਆਪਣੀ ਗੁਜ਼ਾਰਾ ਕਰਦਾ ਆ, ਅਤੇ ਉਹਨਾਂ ਨੂੰ ਤੂੰ ਮੰਦਾ ਆਉਣਾ ਆ, ਫਿਰ ਮੰਗਣ ਕਿਉਂ ਜਾਂਦਾ ਉਹਨਾਂ ਦੇ ਵੱਲ, ਤੇਰਾ ਤਾਂ ਗੁਜ਼ਾਰਾ ਹੀ ਨਹੀਂ ਗ੍ਰਿਸਤੀਆਂ ਤੋਂ ਬਗੈਰ। ਸੋ ਜਿਹੜੇ ਐਸੇ ਹੁੰਦੇ ਨਾ ਉਹਨਾਂ ਦੇ ਮਨ ਦੇ ਵਿੱਚ ਪਛਤਾਵਾ ਹੁੰਦਾ, ਪਰ ਜਿਹੜੇ ਪਰਮਾਤਮਾ ਦੇ ਪਿਆਰੇ ਗੁਰੂ ਸ਼ਬਦ ਰੂਪੀ ਬਖਸ਼ਿਸ਼ ਦੇ ਨਾਲ ਪਰਮਾਤਮਾ ਦੇ ਨਾਲ ਜੁੜ ਜਾਂਦੇ ਆ, ਅਸਲ ਸੁਹਾਗ ਭਾਗ ਵਾਲੇ ਬਣ ਜਾਂਦੇ, ਚੰਗੇ ਭਾਗਾਂ ਵਾਲੇ ਬਣ ਜਾਂਦੇ ਆ, ਉਹਨਾਂ ਨੂੰ ਆਨੰਦ ਪ੍ਰਾਪਤ ਹੁੰਦਾ ਆ, ਉਹ ਪਛਤਾਉਂਦੇ ਨਹੀਂ, ਉਹਨਾਂ ਨੂੰ ਝੋਰਾ ਨਹੀਂ ਲੱਗਦਾ, ਉਹਨਾਂ ਨੂੰ ਇੰਝ ਨਹੀਂ ਲੱਗਦਾ ਕਿ ਉਹਨਾਂ ਨੇ ਬਹੁਤ ਕੁਝ ਗਵਾ ਦਿੱਤਾ, ਉਹਨਾਂ ਨੂੰ ਇਹ ਮਹਿਸੂਸ ਹੁੰਦਾ ਆ ਕਿ ਅਸੀਂ ਬਹੁਤ ਕੁਝ ਪ੍ਰਾਪਤ ਕਰ ਲਿਆ। ਸੋ ਇਸ ਵਾਸਤੇ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਹਰ ਵਰ ਨਾਰ ਭਈ ਸੋਹਾਗਨ, ਜਿਹੜੀ ਹਰੀ ਰੂਪੀ ਵਰ ਨੂੰ ਪ੍ਰਾਪਤ ਕਰਕੇ ਨਾਰ ਭਾਵ ਇਸਤਰੀ ਸੁਹਾਗਣ ਹੋ ਗਈ, ਵੱਡੇ ਭਾਗਾਂ ਵਾਲੀ ਹੋ ਗਈ, ਹਰ ਵਰ ਨਾਰ ਭਈ ਸੁਹਾਗਣ, ਮਨ ਤਨ ਪ੍ਰੇਮ ਸੁਖਾਨਿਆ, ਉਹਦੇ ਮਨ ਅਤੇ ਤਨ ਨੂੰ ਪਰਮੇਸ਼ੁਰ ਦਾ ਪ੍ਰੇਮ ਸੁਖਾਨਿਆ ਭਾਵ ਚੰਗਾ ਲੱਗਣ ਲੱਗ ਪੈਂਦਾ, ਉਹਨੂੰ ਅੰਮ੍ਰਿਤ ਵੇਲੇ ਉੱਠਣਾ ਚੰਗਾ ਲੱਗਦਾ ਆ, ਬਾਣੀ ਪੜ੍ਹਨੀ ਚੰਗੀ ਲੱਗਦੀ ਆ, ਉਹਨੂੰ ਸਤਸੰਗਤ ਕਰਨੀ ਚੰਗੀ ਲੱਗਦੀ ਆ, ਉਹਨੂੰ ਗੁਰੂ ਦੀਆਂ ਗੱਲਾਂ ਕਰਨੀਆਂ ਅਤੇ ਸੁਣਨੀਆਂ ਚੰਗੀਆਂ ਲੱਗਦੀਆਂ ਨੇ, ਇਹ ਅਵਸਥਾ ਉਹਦੀ ਬਣ ਗਈ ਜਿਹਨੇ ਹਰੀ ਨੂੰ ਵਰ ਦੇ ਰੂਪ ਦੇ ਵਿੱਚ ਪਾ ਲਿਆ। ਅੱਗੇ ਬਖਸ਼ਿਸ਼ ਕਰਦੇ ਨੇ ਅਵਗਨ ਤਿਆਗ, ਹੁਣ ਕੋਈ ਜਗਿਆਸੂ ਪੁੱਛਿਆ ਜਗਿਆਸੂ ਨੇ ਕਿਸੇ ਨੇ ਸਤਿਗੁਰੂ ਪਾਤਸ਼ਾਹ ਜੀ ਨੂੰ ਕਿ ਇੱਥੋਂ ਤੱਕ ਜੀਵ ਪਹੁੰਚਦਾ ਕਿਵੇਂ ਹੈ, ਪਰਮਾਤਮਾ ਤੱਕ ਗੁਰੂ ਦੀ ਰਹਿਮਤ ਨੂੰ ਬਖਸ਼ਿਸ਼ ਨੂੰ ਪ੍ਰਾਪਤ ਕਰਕੇ ਕਰਨਾ ਕੀ ਪੈਂਦਾ, ਕਰਨ ਵਾਸਤੇ ਪ੍ਰਾਪਤ ਕਰਨ ਵਾਸਤੇ ਕਰਨਾ ਕੀ ਪੈਂਦਾ, ਤਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਆ ਕਿ ਸਭ ਤੋਂ ਪਹਿਲਾਂ ਆਪਣੇ ਅਵਗੁਣ ਤਿਆਗਣੇ ਪੈਂਦੇ ਆ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਨਿਵਿਰਤ ਹੋਣਾ ਪੈਂਦਾ। ਜਦੋਂ ਇਹ ਅਵਗੁਣ ਤਿਆਗ ਦੇਵਾਂਗੇ, ਅਵਗੁਣ ਤਿਆਗ ਭਈ ਬੈਰਾਗਣ, ਜਿਹੜੀ ਜੀਵ ਇਸਤਰੀ ਆਪਣੇ ਅਵਗੁਣਾਂ ਨੂੰ ਤਿਆਗ ਕੇ ਪਰਮਾਤਮਾ ਦੇ ਵਿਯੋਗ ਵਿੱਚ ਵਿਛੋੜੇ ਵਿੱਚ ਵੈਰਾਗਣ ਹੋ ਗਈ, ਭਾਵ ਸੱਚਾ ਵੈਰਾਗ ਜਾਗ ਪਿਆ। ਇੱਕ ਵੈਰਾਗ ਜਾਗਦਾ ਆ ਜਦੋਂ ਇੱਕ ਮਾਂ ਪਿਓ ਆਪਣੇ ਪੁੱਤਰ ਤੋਂ ਵੱਖ ਹੁੰਦਾ, ਪੁੱਤਰ ਆਪਣੇ ਮਾਂ ਪਿਓ ਤੋਂ ਵੱਖ ਹੁੰਦਾ, ਔਲਾਦ ਆਪਣੇ ਮਾਂ ਪਿਓ ਤੋਂ ਵੱਖ ਹੁੰਦੀ ਹੈ, ਮਾਂ ਪਿਓ ਆਪਣੇ ਔਲਾਦ ਤੋਂ ਵੱਖਰਾ ਹੁੰਦਾ, ਇੱਕ ਰੋਣਾ ਧੋਣਾ ਵਿਛੋੜਾ ਉਹ ਹੈ ਜੋ ਸੰਸਾਰਕ ਦੁਨਿਆਵੀ ਹੈ ਮੋਹ ਦਾ ਰੋਣਾ। ਇੱਕ ਵੈਰਾਗਣ ਹੋਣਾ ਉਹ ਹੈ ਜੋ ਇਸ ਚੀਜ਼ ਦਾ ਅਹਿਸਾਸ ਹੋ ਜਾਵੇ ਕਿ ਜਿਵੇਂ ਮੇਰੇ ਮਨ ਦੇ ਵਿੱਚ ਮੇਰੇ ਆਪਣਿਆਂ ਦੇ ਵਿਛੜਨ ਦੇ ਕਰਕੇ ਵੈਰਾਗ ਆਉਂਦਾ ਆ, ਜਿਹੜੇ ਰੱਬ ਤੋਂ ਪਰਮਾਤਮਾ ਤੋਂ ਮੈਂ ਵਿਛੜਿਆ ਹੋਇਆ ਹਾਂ,
ਉਸ ਪਰਮਾਤਮਾ ਦੇ ਵਿਛੋੜੇ ਵਿੱਚ ਵੀ ਮੇਰੇ ਮਨ ਦੇ ਵਿੱਚ ਵਿਰਾਗ ਆ ਜਾਵੇ, ਮੈਂ ਇਹ ਮਹਿਸੂਸ ਕਰ ਸਕਾਂ ਕਿ ਮੈਂ ਆਪਣੇ ਪਿਆਰੇ ਤੋਂ ਵਿਛੜਿਆ ਹੋਇਆ ਹਾਂ। ਸੋ ਇਹ ਤਾਂ ਹੀ ਹੋ ਸਕਦਾ ਜੇ ਅਸੀਂ ਆਪਣੇ ਔਗਣਾਂ ਨੂੰ ਛੱਡਾਂਗੇ ਤਾਂ। ਅਵਗਣ ਤਿਆਗ, ਜੇ ਔਗਣਾਂ ਦੇ ਨਾਲ ਹੀ ਅਜੇ ਪਿਆਰ ਹੈ, ਅਜੇ ਵਿਸ਼ੇ ਵਿਕਾਰਾਂ ਰੂਪੀ ਜ਼ਿੰਦਗੀ ਦੇ ਨਾਲ ਹੀ ਪਿਆਰ ਹੈ, ਤਾਂ ਫਿਰ ਪਰਮਾਤਮਾ ਦਾ ਵਿਛੋੜਾ ਪ੍ਰਤੀਤ ਨਹੀਂ ਹੋਵੇਗਾ, ਕਿਉਂਕਿ ਅਜੇ ਮਨ ਉੱਧਰ ਉਲਝਿਆ ਹੋਇਆ, ਉੱਧਰ ਲੱਗਿਆ ਹੋਇਆ ਆ। ਜਦੋਂ ਉੱਧਰੋਂ ਵੈਰਾਗੀ ਹੋਵੇਗਾ, ਫਿਰ ਹੀ ਪਰਮਾਤਮਾ ਤੋਂ ਵਿਛੜੇ ਹੋਏ ਪ੍ਰਤੀਤ ਕਰਾਂਗੇ ਆਪਣੇ ਆਪ ਨੂੰ ਕਿ ਅਸੀਂ ਰੱਬ ਤੋਂ ਵਿਛੜੇ ਹੋਏ ਹਾਂ। ਸੋ ਬਖਸ਼ਿਸ਼ ਕਰਦੇ ਨੇ ਕਿ ਅਵਗਣ ਤਿਆਗ ਭਈ ਬੈਰਾਗਣ ਅਸਥਿਰ ਵਰ ਸੁਹਾਗ ਹਰੀ, ਉਹਨੂੰ ਹੀ ਸਦਾ ਟਿਕਿਆ ਰਹਿਣ ਵਾਲਾ ਵਰ ਸੁਹਾਗ ਹਰੀ ਪ੍ਰਾਪਤ ਹੁੰਦਾ। ਕਿਹਨੂੰ? ਜਿਹਨੇ ਔਗਣਾਂ ਨੇ, ਜਿਹਨੇ ਔਗਣਾਂ ਨੂੰ ਤਿਆਗ ਦਿੱਤਾ, ਅਵਗਣ ਤਿਆਗ। ਦੂਸਰਾ ਭਈ ਬੈਰਾਗਣ, ਮਨ ਦੇ ਵਿੱਚ ਵਿਰਾਗ ਆ ਗਿਆ। ਅਸਥਿਰ ਵਰ ਸੁਹਾਗ ਹਰੀ, ਉਹਨਾਂ ਹੀ ਜੀਵ ਇਸਤਰੀਆਂ ਦਾ ਸੁਹਾਗ ਹਰੀ ਬਣਿਆ ਜੋ ਅਸਥਿਰ ਹੈ, ਭਾਵ ਕਦੇ ਨਾਸ ਨਹੀਂ ਹੁੰਦਾ। ਐਸਾ ਪਤੀ ਜਿਹਦੀ ਕਦੇ ਨਾ ਤਾਂ ਮੌਤ ਹੁੰਦੀ ਹੈ ਅਤੇ ਨਾ ਹੀ ਜੀਵ ਇਸਤਰੀ ਦਾ ਕਦੇ ਰੰਡੇਪਾ ਹੁੰਦਾ। ਸੰਸਾਰਕ ਜੀਵਨ ਵਾਂਗ, ਜਿਵੇਂ ਸੰਸਾਰਕ ਜੀਵਨ ਦੇ ਵਿੱਚ ਜਾਂ ਪਤੀ ਪਹਿਲਾਂ ਚੜ੍ਹਾਈ ਕਰ ਜਾਂਦਾ ਹੈ, ਪਤਨੀ ਪਹਿਲਾਂ ਚੜ੍ਹਾਈ ਕਰ ਜਾਂਦੀ, ਸਦਾ ਸੁਹਾਗ ਨਹੀਂ ਰਹਿੰਦਾ। ਪਰ ਇਸ ਜੀਵਨ ਦੇ ਵਿੱਚ ਐਸਾ ਸੁਹਾਗ ਮਿਲ ਜਾਂਦਾ ਆ, ਐਸਾ ਪਤੀ ਮਿਲ ਜਾਂਦਾ ਹੈ ਜਿਹੜਾ ਅਸਥਿਰ ਹੈ। ਜੀਵ ਰੂਪੀ ਇਸਤਰੀ ਜਦੋਂ ਸਰੀਰ ਛੱਡਦੀ ਵੀ ਹੈ ਤਾਂ ਫਿਰ ਉਹ ਪਤੀ ਦੇ ਚਰਨਾਂ ਵਿੱਚ ਉਪੇਦ ਹੋ ਜਾਂਦੀ, ਉਦੋਂ ਵੀ ਵਿਛੋੜਾ ਨਹੀਂ। ਇਸ ਸੰਬੰਧ ਦੇ ਵਿੱਚ ਮੌਤ ਵੀ ਕੋਈ ਵਿਘਨ ਨਹੀਂ ਪਾ ਸਕਦੀ, ਕਿਉਂਕਿ ਜੇ ਜਿਉਂਦਿਆਂ ਪਤੀ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ ਤਾਂ ਮਰਨ ਤੋਂ ਬਾਅਦ ਜੀਵ ਇਸਤਰੀ ਉਹਦੇ ਚਰਨਾਂ 'ਚ ਅਭੇਦ ਹੋ ਜਾਂਦੀ ਹੈ, ਸਗੋਂ ਸਦੀਵੀ ਮਿਲਾਪ ਹੋ ਜਾਂਦਾ, ਸਦਾ ਰਹਿਣ ਵਾਲਾ ਮਿਲਾਪ। ਸੋ ਸਤਿਗੁਰੂ ਬਖਸ਼ਿਸ਼ ਕਰਦੇ ਨੇ ਕਿ ਅਵਗਣ ਤਿਆਗ ਭਈ ਬੈਰਾਗਣ ਅਸਥਿਰ ਵਰ ਸੁਹਾਗ ਹਰੀ, ਨਾ ਨਾਸ ਹੋਣ ਵਾਲਾ ਸਦਾ ਰਹਿਣ ਵਾਲਾ ਸੁਹਾਗ ਹਰੀ ਪ੍ਰਾਪਤ ਹੋ ਜਾਂਦਾ ਹੈ। ਸੋਗ ਵਿਯੋਗ ਤਿਸ ਕਦੇ ਨਾ ਵਿਆਪੈ, ਐਸੀ ਜੀਵ ਇਸਤਰੀ ਨੂੰ ਨਾ ਕਦੇ ਗਮੀ ਹੁੰਦੀ ਹੈ, ਸੋਗ ਨਹੀਂ ਵਿਆਪਦਾ, ਵਿਯੋਗ ਭਾਵ ਉਹਦਾ ਵਿਛੋੜਾ ਵੀ ਕਦੇ ਨਹੀਂ ਪੈਂਦਾ। ਹੁਣ ਜਦੋਂ ਜੀਵ ਰੂਪੀ ਇਸਤਰੀ, ਜੀਵਾਤਮਾ ਪਰਮਾਤਮਾ ਰੂਪੀ ਸਾਗਰ ਵਿੱਚ ਰੀਨ ਹੋ ਜਾਵੇਗਾ, ਜੇ ਪਾਣੀ ਵਿੱਚ ਪਾਣੀ ਮਿਲ ਜਾਂਦਾ ਆ, ਤਾਂ ਫਿਰ ਵਖਰੇਵਾਂ ਕਦੇ ਹੋ ਹੀ ਨਹੀਂ ਸਕਦਾ, ਕਦੇ ਵਿਛੋੜਾ ਪੈ ਹੀ ਨਹੀਂ ਸਕਦਾ। ਵਿਛੋੜਾ ਉਹਨਾਂ ਚਿਰ ਹੈ ਜਿੰਨਾ ਚਿਰ ਅਸੀਂ ਮਿਲਦੇ ਨਹੀਂ, ਜਦੋਂ ਅਸੀਂ ਮਿਲ ਗਏ ਉਦੋਂ ਵਿਛੋੜਾ ਨਹੀਂ ਪੈਣਾ। ਸਤਿਗੁਰੂ ਕਹਿੰਦੇ ਆ ਕਿ ਵੇਖੋ ਭਾਈ, ਉਹਨਾਂ ਦੇ ਜੀਵਨ ਦੇ ਵਿੱਚ ਨਾ ਤਾਂ ਗਮੀ ਕੋਈ ਆ ਸਕਦੀ ਹੈ, ਸੋਗ ਵਿਯੋਗ ਭਾਵ ਵਿਛੋੜਾ, ਉਹਨਾਂ ਦੇ ਜੀਵਨ ਵਿੱਚ ਕਦੇ ਆਪਣੇ ਪ੍ਰਭੂ ਪਤੀ ਤੋਂ ਵਿਛੋੜਾ ਵੀ ਨਹੀਂ ਪੈ ਸਕਦਾ। ਸਤਿਗੁਰੂ ਬਖਸ਼ਿਸ਼ ਕਰਦੇ ਨੇ ਕਿ ਸੋਗ ਵਿਯੋਗ ਤਿਸ ਕਦੇ ਨਾ ਵਿਆਪੈ। ਹੁਣ ਵੇਖੋ ਸਤਿਗੁਰੂ ਪਾਤਸ਼ਾਹ ਨੇ ਇੱਥੇ ਲਫ਼ਜ਼ ਵਰਤਿਆ ਕਿ ਕਦੇ ਨਾ ਵਿਆਪੈ, ਭਾਵ ਕਦੇ ਵੀ ਨਹੀਂ, ਅਤੇ ਕਦੇ ਨਾ ਤੋਂ ਭਾਵ ਇਹ ਵੀ ਹੈ ਕਿ ਤਮਾਮ ਜੀਵਨ ਵੀ ਪਰਮਾਤਮਾ ਦੇ ਨਾਲ ਸੰਬੰਧ ਬਣਿਆ ਰਹਿੰਦਾ ਅਤੇ ਜੀਵਨ ਤੋਂ ਬਾਅਦ ਵੀ, ਕਿਉਂਕਿ ਇੱਥੇ ਸਤਿਗੁਰੂ ਪਾਤਸ਼ਾਹ ਨੇ ਇਹ ਨਹੀਂ ਕਿਹਾ ਕਿ ਇਹ ਜਿਹੜਾ ਸਾਰਾ ਜੀਵਨ ਹੈ ਇਕੱਲੇ ਇਹਦੀ ਗੱਲ ਕਰ ਰਹੇ। ਸਤਿਗੁਰੂ ਕਹਿੰਦੇ ਆ ਕਿ ਕਦੇ ਨਾ ਤੋਂ ਭਾਵ ਹੈ ਕਿ ਤੇਰੇ ਮਰਨ ਤੋਂ ਬਾਅਦ ਵੀ, ਤੇਰੇ ਸਰੀਰ ਨੂੰ
ਜਦੋਂ ਇਹ ਜੀਵ ਆਤਮਾ ਛੱਡ ਕੇ ਜਾਵੇਗਾ ਵੀ ਉਦੋਂ ਜੀਵ ਆਤਮਾ ਫਿਰ ਰੱਬ ਜੀ ਵਿੱਚ ਭੇਦ ਹੋ ਜਾਵੇਗਾ, ਸਗੋਂ ਉਹ ਮਿਲਾਪ ਹੋ ਜਾਵੇਗਾ ਜਿਹੜਾ ਦੁਬਾਰਾ ਸਰੀਰ ਧਾਰਨ ਕਰਕੇ ਵਿਛੋੜੇ ਦੇ ਰੂਪ ਵਿੱਚ ਨਹੀਂ ਬਦਲੇਗਾ। ਕਿਉਂਕਿ ਜਦੋਂ ਅਸੀਂ ਸਰੀਰ ਨੂੰ ਧਾਰਨ ਕਰਕੇ ਸੰਸਾਰ 'ਤੇ ਆਉਂਦੇ ਹਾਂ ਨਾ, ਵਿਛੋੜਾ ਉਦੋਂ ਹੀ ਪੈਂਦਾ ਹੈ। ਆਪਾਂ ਆਨੰਦ ਸਾਹਿਬ ਹੁਣੇ ਸਰਵਣ ਕਰਕੇ ਹਟੇ, ਉਹਦੇ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਬਕਾਇਦਾ ਸਾਨੂੰ ਦੱਸਿਆ ਹੋਇਆ ਕਿ ਲਿਵ ਛੁੜਕੀ ਲਗੀ ਤ੍ਰਿਸ਼ਨਾ, ਲਿਵ ਛੁੜਕੀ ਤੋਂ ਭਾਵ ਕੀ ਹੈ, ਛੁੱਟਣੀ, ਵਿਛੋੜਾ ਪੈਣਾ। ਅਤੇ ਕਿਹਦੇ ਨਾਲੋਂ ਛੁੜਕੀ? ਪਰਮਾਤਮਾ ਨਾਲੋਂ, ਰੱਬ ਜੀ ਦੇ ਨਾਲੋਂ, ਪਰਿਵਾਰ ਦੇ ਨਾਲ ਤਾਂ ਸਗੋਂ ਸਾਡਾ ਸੰਬੰਧ ਬਣਿਆ। ਕਿਉਂਕਿ ਜਦੋਂ ਸਾਡਾ ਜਨਮ ਹੋਇਆ ਸਾਨੂੰ ਰੱਬ ਨੇ ਮਾਂ ਬਾਪ ਦਿੱਤੇ, ਭੈਣ ਭਰਾ ਦਿੱਤੇ, ਰਿਸ਼ਤੇ ਨਾਤੇ ਦਿੱਤੇ, ਸੰਯੋਗ ਦੇ ਨਾਲ ਸੰਯੋਗ ਵਸ ਜੋ ਸਾਡੇ ਪਰਿਵਾਰ ਬਣਦੇ ਆ, ਉਹ ਸਾਰਾ ਕੁਝ ਸਾਨੂੰ ਜਨਮ ਤੋਂ ਬਾਅਦ ਮਿਲ ਗਿਆ। ਅਸੀਂ ਵਿਛੜੇ ਕਿਹਦੇ ਨਾਲ ਹੋਵਾਂ ਫਿਰ? ਤਾਂ ਸਤਿਗੁਰੂ ਦੀ ਬਾਣੀ ਸਾਨੂੰ ਦੱਸਦੀ ਹੈ ਕਿ ਅਸੀਂ ਵਿਛੜਿਆ ਰੱਬ ਨਾਲੋਂ, ਪਰਮਾਤਮਾ ਨਾਲੋਂ। ਅਤੇ ਸਾਨੂੰ ਐਸੀ ਤ੍ਰਿਸ਼ਨਾ ਲੱਗੀ, ਸਾਨੂੰ ਇਹ ਤਾਂ ਪਤਾ ਲੱਗ ਗਿਆ ਕਿ ਜਿਵੇਂ ਸਤਿਗੁਰੂ ਪਾਤਸ਼ਾਹ ਦੀ ਬਾਣੀ ਦਾ ਪ੍ਰਮਾਣ ਕਿ ਪਹਿਲਾ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਬੇਬ, ਚੌਥਾ ਪਿਆਰ ਉਪੰਨੀ ਖੇਡ। ਸਾਨੂੰ ਇਹ ਤਾਂ ਸਮੇਂ ਦੇ ਅਨੁਸਾਰ ਸੋਝੀ ਆਉਂਦੀ ਗਈ ਕਿ ਹੁਣ ਆਹ ਮੇਰਾ ਮਾਂ ਪਿਓ ਆ, ਆਹ ਮੇਰੇ ਭੈਣ ਭਰਾ ਨੇ, ਆਹ ਮੇਰੀ ਭਾਬੀ ਹੈ, ਆਹ ਮੇਰੀ ਬੇਬੇ ਤੋਂ ਭਾਵ ਬੇਬ ਤੋਂ ਭਾਵ ਹੈ, ਆਹ ਮੇਰੀ ਵੱਡੀ ਭੈਣ ਹੈ। ਇਹ ਸਾਰੇ ਨੇ ਰਿਸ਼ਤੇ ਨਾਤਿਆਂ ਦੀ ਤਾਂ ਸਾਨੂੰ ਸਮਝ ਆ ਗਈ, ਸਾਨੂੰ ਸੋਝੀ ਮਿਲਦੀ ਗਈ, ਜਿਵੇਂ ਸਾਡੀ ਸੁਰਤ ਸੰਭਲਦੀ ਗਈ, ਫਿਰ ਸਾਡਾ ਖੇਡ ਨਾਲ ਪਿਆਰ ਪੈ ਗਿਆ। ਇਸੇ ਤਰ੍ਹਾਂ 10 ਪੜਾਂ ਗਿਣਦੇ ਆ ਸਤਿਗੁਰੂ ਪਾਤਸ਼ਾਹ ਸ਼ਬਦ ਦੇ ਵਿੱਚ। ਪਰ ਰੱਬ ਦੀ ਸੋਝੀ ਇੱਦਾਂ ਨਹੀਂ ਆਈ, ਉਹ ਸੰਸਾਰ ਵਿੱਚੋਂ ਨਹੀਂ ਪ੍ਰਾਪਤ ਹੁੰਦੀ। ਉਹ ਨਿਰੰਕਾਰ ਕਿਰਪਾ ਕਰੇ ਸਾਡੀ ਗੁਰੂ ਅੱਗੇ ਜੋਦੜੀ ਹੋ ਜਾਵੇ। ਜਿੱਦਾਂ ਅੱਜ ਵਾਲੇ ਸ਼ਬਦ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਸਾਨੂੰ ਇਹ ਸਮਝਾ ਰਿਹਾ ਕਿ ਗੁਰੂ ਅੱਗੇ ਬੇਨਤੀ ਕਰੀਏ, ਜਿੱਦਾਂ ਇੱਕ ਮੋਰ ਬੱਦਲਾਂ ਵੱਲ ਵੇਖ ਕੇ ਬੇਨਤੀ ਕਰਦਾ ਕਿ ਬਰਸ, ਬਹੁਤ ਜ਼ਿਆਦਾ ਬਰਸ ਤਾਂ ਜੋ ਮੇਰਾ ਮਨ ਤਨ ਭੇਜ ਜਾਵੇ। ਅਸੀਂ ਵੀ ਇਹ ਬੇਨਤੀ ਕਰ ਸਕੀਏ ਗੁਰੂ ਅੱਗੇ ਕਿ ਹੇ ਗੁਰੂ ਰੂਪ ਬੱਦਲ, ਇੰਨਾ ਬਰਸ ਕੇ ਤੁਹਾਡੇ ਨਾਮ ਦੇ ਵਿੱਚ ਸਾਡਾ ਮਨ ਗੜੁੱਚ ਹੋ ਜਾਵੇ, ਭਿੱਜ ਜਾਵੇ, ਅਤੇ ਸਾਨੂੰ ਸਾਡੇ ਸੁਹਾਗ ਨਾਲ, ਭਾਵ ਜਿਹਦੇ ਨਾਲ ਅਸੀਂ ਵਿਛੜੇ ਹੋਏ ਹਾਂ, ਸਾਡੇ ਵਰ ਪਤੀ ਪਰਮਾਤਮਾ ਦੇ ਨਾਲ ਸਾਨੂੰ ਮਿਲਾ ਦਿਓ। ਇਹ ਅੱਜ ਦੀ ਵਿਚਾਰ ਦਾ ਵਿਸ਼ਾ ਆ। ਇਹਦਾ ਮਤਲਬ ਕਿ ਅਸੀਂ ਉਹਦੇ ਨਾਲ ਮਿਲਣਾ ਜਿਹਦੇ ਨਾਲ ਅਸੀਂ ਵਿਛੜੇ ਹੋਏ ਹਾਂ। ਰੱਬ ਕੋਈ ਸਾਡਾ ਬੇਗਾਨਾ ਨਹੀਂ, ਜਿਵੇਂ ਗੁਰੂ ਸਾਡਾ ਪਿਆਰਾ ਪ੍ਰੀਤਮ ਹੈ, ਇੱਦਾਂ ਹੀ ਰੱਬ ਪਰਮਾਤਮਾ ਸਾਡਾ ਪਿਆਰਾ ਆ। ਸੋ ਇਸ ਵਾਸਤੇ ਸਤਿਗੁਰੂ ਇੱਥੇ ਬਖਸ਼ਿਸ਼ ਕਰਦੇ ਨੇ ਕਿ ਅਵਗਣ ਤਿਆਗ ਭਈ ਬੈਰਾਗਣ, ਜਿਹਨੇ ਆਪਣੇ ਅਵਗਣਾਂ ਨੂੰ ਤਿਆਗ ਦਿੱਤਾ ਉਹ ਪਰਮਾਤਮਾ ਦੇ ਵਿਛੋੜੇ ਦੇ ਕਾਰਨ ਬੈਰਾਗਣ ਹੋ ਗਈ। ਅਵਗਣ ਤਿਆਗ ਭਈ ਬੈਰਾਗਣ, ਅਸਥਿਰ ਵਰ ਸੁਹਾਗ ਹਰੀ, ਕਿ ਉਹਨੂੰ ਸਦਾ ਰਹਿਣ ਵਾਲਾ ਸੁਹਾਗ ਹਰੀ ਪ੍ਰਾਪਤ ਹੋ ਗਿਆ। ਸੋਗ ਵਿਯੋਗ ਤਿਸ ਕਦੇ ਨਾ ਵਿਆਪੈ, ਹਰ ਪ੍ਰਭ ਆਪਣੀ ਕਿਰਪਾ ਕਰੀ। ਕਹਿੰਦੇ ਨੇ ਕਿ ਐਸੀ ਹਰੀ ਪਰਮਾਤਮਾ ਨੇ ਆਪਣੀ ਕਿਰਪਾ ਸਾਡੇ ਜੀਵਾਂ ਉੱਤੇ ਕੀਤੀ ਕਿ ਜਿਹਨੂੰ ਵੀ ਆਪਣੇ ਚਰਨਾਂ ਦੇ ਨਾਲ ਜੋੜ ਲਿਆ ਉਹਨੂੰ ਨਾ ਕਦੇ ਕੋਈ ਦੁੱਖ ਪ੍ਰਤੀਤ ਹੋਇਆ, ਸੋਗ ਭਾਵ ਕਦੇ ਕੋਈ ਗਮ ਨਹੀਂ ਆਇਆ, ਕਦੇ ਕੋਈ ਫਿਕਰ ਝੋਰਾ ਕਰਨ ਦੀ ਲੋੜ ਨਹੀਂ ਪਈ, ਸੋਗ ਵਿਯੋਗ ਉਹਦੇ ਜੀਵਨ ਵਿੱਚ ਕਦੇ ਵਿਛੋੜਾ ਨਹੀਂ ਉਹਨੂੰ ਪ੍ਰਤੀਤ ਹੋਇਆ। ਸੋਗ ਵਿਯੋਗ ਤਿਸ ਕਦੇ ਨਾ ਵਿਆਪੈ, ਹਰ ਪ੍ਰਭ ਆਪਣੀ ਕਿਰਪਾ ਕਰੀ। ਇਹ ਉਦੋਂ ਹੋਇਆ ਜਦੋਂ ਹਰੀ ਪਰਮਾਤਮਾ ਨੇ ਆਪਣੀ ਕਿਰਪਾ ਕੀਤੀ, ਆਪ ਬਖਸ਼ਿਸ਼ ਕੀਤੀ ਜੀਵਾਂ ਦੇ ਉੱਤੇ। ਸੋ ਸਤਿਗੁਰੂ ਪਾਤਸ਼ਾਹ ਅੱਗੇ ਬਖਸ਼ਿਸ਼ ਕਰਦੇ ਨੇ, ਆਵਣ ਜਾਣ ਨਹੀਂ, ਐਸੇ ਜੀਵ ਦਾ ਫਿਰ
ਜਨਮ ਅਤੇ ਮਰਨ ਕੱਟਿਆ ਜਾਂਦਾ। ਆਵਣ ਤੋਂ ਭਾਵ ਹੈ ਜਨਮ ਅਤੇ ਜਾਣ ਤੋਂ ਭਾਵ ਹੈ ਮੌਤ। ਇਸ ਸੰਸਾਰ 'ਤੇ ਆਉਣਾ ਅਤੇ ਇਸ ਸੰਸਾਰ ਤੋਂ ਜਾਣਾ, ਇਹ ਸੰਯੋਗ ਵਿਯੋਗ ਦੀ ਇਹੋ ਜਿਹੀ ਕਾਰ ਹੈ ਕਿ ਸੰਯੋਗ ਵੱਸ ਅਸੀਂ ਇਸ ਸੰਸਾਰ ਉੱਤੇ ਆਉਂਦੇ ਹਾਂ ਅਤੇ ਵਿਯੋਗ ਵੱਸ ਇਸ ਸੰਸਾਰ ਤੋਂ ਚਲੇ ਜਾਂਦੇ ਹਾਂ। ਜਿਵੇਂ ਜਪਜੀ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਯੋਗੀਆਂ ਦੇ ਨਾਲ ਗੱਲਬਾਤ ਕਰਦਿਆਂ ਹੋਇਆ ਜਦੋਂ ਯੋਗੀਆਂ ਨੇ ਪੁੱਛਿਆ ਕਿ ਮਾਲਕ ਕਿਵੇਂ ਸਚਿਆਰਾਂ ਹੋਈ ਹੈ ਕਿ ਕੂੜੇ ਟੁੱਟਾ ਪਾਲ, ਕਿਵੇਂ ਸਚਿਆਰ ਹੋਈਏ, ਕਿਵੇਂ ਝੂਠ ਦੀ ਕੰਧ ਜੋ ਸਾਡੇ ਅਤੇ ਰੱਬ ਦੇ ਦਰਮਿਆਨ ਤੁਸੀਂ ਕਹਿੰਦੇ ਹੋ ਕਿ ਬਣੀ ਹੋਈ ਹੈ ਉਹ ਕਿੱਦਾਂ ਟੁੱਟੇ, ਤਾਂ ਇਹਦੀ ਵਿਆਖਿਆ ਕਰਦਿਆਂ ਕਰਦਿਆਂ ਨਾ ਸਤਿਗੁਰੂ ਪਾਤਸ਼ਾਹ ਜੀ ਨੇ ਉਹਨਾਂ ਦੇ ਭੰਡਾਰੇ ਦੀ ਉਦਾਹਰਨ ਉਹਨਾਂ ਨੂੰ ਦੇ ਦਿੱਤੀ। ਰੂਪਕ ਅਲੰਕਾਰ ਭਾਵ ਸਾਹਮਣੇ ਜੋ ਚੱਲ ਰਿਹਾ ਸੀ ਉਹਨਾਂ ਆਖਿਆ ਕਿ ਵੇਖੋ ਜਿਵੇਂ ਯੋਗੀ ਆਦਿ ਤੁਸੀਂ ਭੰਡਾਰਾ ਕਰਦੇ ਹੋ, ਜਿਹੜਾ ਕੋਈ ਰਸਦ ਲੈ ਕੇ ਆਉਂਦਾ ਉਹਨੂੰ ਕਹਿੰਦੇ ਆ ਸੰਯੋਗ, ਰਸਦ ਲੈ ਕੇ ਆਉਣਾ। ਅਤੇ ਇੱਕ ਅੱਗੇ ਹੁੰਦਾ ਆ ਭੰਡਾਰੀ ਜਿਹੜਾ ਉਸ ਰਸਦ ਨੂੰ ਵੰਡਦਾ ਉਹਨੂੰ ਕਹਿੰਦੇ ਵਿਯੋਗ। ਸੰਯੋਗ ਵਿਯੋਗ ਦੋਏ ਕਾਰਜ ਲਾਵੈ ਲਿਖਿਆ ਵੈ ਭਾਗ। ਜਿਹੜੀ ਰਸਤ ਜੋਗੀ ਦਿੰਦੇ ਆ ਨਾ ਉਹਨੂੰ ਕਹਿੰਦੇ ਛਾਂਦਾ, ਛਾਂਦਾ ਦੇਣਾ। ਜਿੱਦਾਂ ਉਹ ਜੋਗੀ ਇੱਕ ਰਸਤ ਲੈ ਕੇ ਆਉਂਦਾ, ਸੰਯੋਗ ਹੋ ਗਿਆ, ਸਾਨੂੰ ਰੱਬ ਇੱਥੇ ਸੰਸਾਰ 'ਤੇ ਲੈ ਕੇ ਆਇਆ, ਸੰਯੋਗ ਹੋ ਗਿਆ ਅਤੇ ਛਾਂਦਾ ਮਿਲਿਆ ਸਾਨੂੰ ਸਾਰੀ ਜ਼ਿੰਦਗੀ, ਜੋ ਕੁਛ ਅਸੀਂ ਆਪਣੇ ਕਰਮਾਂ ਦਾ ਭੋਗਣਾ ਸੀ। ਉਸ ਭੰਡਾਰੀ ਨੇ ਸਾਨੂੰ ਸਮੇਂ ਸਮੇਂ ਅਨੁਸਾਰ ਛਾਂਦਾ ਦਿੱਤਾ, ਪਾਵ ਰਸਤ ਦਿੱਤੀ ਅਤੇ ਅਸੀਂ ਉਸ ਰਸਤ ਨੂੰ ਛਕਦੇ ਰਹੇ ਅਤੇ ਫਿਰ ਵਿਯੋਗ ਵੀ ਤਾਂ ਭਾਈ ਹੋਣਾ ਹੀ ਆ। ਇਸ ਸੰਸਾਰ ਦੇ ਵਿੱਚ ਮਿਲੇ ਹੋਏ ਜੀਵਨ ਨੇ ਇੱਕ ਦਿਨ ਸਮਾਪਤ ਵੀ ਤਾਂ ਹੋਣਾ ਆ ਨਾ। ਜੋ ਅਸੀਂ ਇੱਥੇ ਜਿਹੜੀ ਮੋਹਲਤ ਲੈ ਕੇ ਆਏ ਹਾਂ, ਜਿਹੜਾ ਸਮਾਂ ਲਿਖਵਾ ਕੇ ਆਏ ਹਾਂ, ਉਹ ਸਮੇਂ ਨੇ ਇੱਕ ਦਿਨ ਆਉਣਾ ਹੀ ਆਉਣਾ ਹੈ। ਉਹ ਸਮਾਂ ਆਉਣ ਤੋਂ ਪਹਿਲਾਂ ਪਹਿਲਾਂ ਅਸੀਂ ਰੱਬ ਜੀ ਦੇ ਨਾਲ ਸਾਂਝ ਪਾ ਲਈਏ, ਅਸੀਂ ਪ੍ਰੀਤ ਪਾ ਲਈਏ। ਜਿਹੜੀ ਪ੍ਰੀਤ ਕਦੇ ਟੁੱਟਣ ਵਾਲੀ ਨਾ ਹੋਵੇ ਤਾਂ ਸਾਨੂੰ ਸਮਝ ਆ ਜਾਵੇਗੀ ਕਿ ਇਹ ਤਾਂ ਸਿਲਸਿਲਾ ਇੱਦਾਂ ਹੀ ਚੱਲਦਾ ਆਇਆ। ਸੰਯੋਗ ਵਿਯੋਗ ਦੋਏ, ਦੋਏ ਤੋਂ ਭਾਵ ਦੋਵੇਂ, ਕਾਰ ਚਲਾਵੇ, ਸ੍ਰਿਸ਼ਟੀ ਦੀ ਕਾਰ ਚਲਾ ਰਹੇ ਆ, ਸ੍ਰਿਸ਼ਟੀ ਨੂੰ ਚਲਾ ਰਹੇ ਆ। ਸੰਯੋਗ ਵਿਯੋਗ ਦੋਏ ਕਾਰ ਚਲਾਵੈ ਲਿਖਿਆ ਵੈ ਭਾਗ। ਕਹਿੰਦੇ ਨੇ ਕਿ ਜੋ ਤੇਰੇ ਲੇਖੇ ਵਿੱਚ ਲਿਖਿਆ ਹੋਇਆ ਨਾ ਤੇਰੇ ਭਾਗਾਂ ਦੇ ਵਿੱਚ, ਉਹ ਤੈਨੂੰ ਮਿਲਦਾ ਰਹਿੰਦਾ ਆ। ਅਤੇ ਫਿਰ ਕੀ ਕਰਨਾ ਚਾਹੀਦਾ? ਆਦੇਸ਼ ਤਿਸ ਹੈ, ਆਦੇਸ਼, ਆਦੇਸ਼ ਕਹਿੰਦੇ ਨਮਸਕਾਰ, ਨਮਸਕਾਰ ਹੈ ਉਸ ਮਾਲਕ ਨੂੰ, ਨਮਸਕਾਰ ਹੈ ਉਸ ਮਾਲਕ ਨੂੰ। ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ, ਜਿਹੜਾ ਯੁਗਾਂ ਯੁਗਾਂਤਰਾਂ ਤੋਂ ਇੱਕੇ ਵੇਸ ਵਿੱਚ ਵਰਤ ਰਿਹਾ, ਉਹ ਜਿਵੇਂ ਆਦ ਵਿੱਚ ਸੀ ਉਹੀ ਮੱਧ ਵਿੱਚ ਸੀ, ਮੱਧ ਵਿੱਚ ਹੈ ਕਿ ਉਹੀ ਸਾਡੇ ਅੰਤ ਤੱਕ ਰਹੇਗਾ, ਉਹ ਨਹੀਂ ਬਦਲੇਗਾ। ਅਸੀਂ ਜੀਵ ਬਦਲਦੇ ਹਾਂ ਪਰ ਰੱਬ ਆਪਣੇ ਨਿਯਮ ਨਹੀਂ ਬਦਲਦਾ, ਉਹ ਇਸੇ ਤਰੀਕੇ ਦੇ ਨਾਲ ਹੀ ਇਸ ਸ੍ਰਿਸ਼ਟੀ ਦੀ ਕਾਰ ਨੂੰ ਚਲਾਉਂਦਾ ਆ। ਉਹਦਾ ਇਹ ਵੇਸ ਯੁਗਾਂ ਯੁਗਾਂਤਰਾਂ ਦੇ ਚੱਲਿਆ ਆ ਰਿਹਾ। ਜਿਹੜੇ ਪਰਮਾਤਮਾ ਦਾ ਨਾਮ ਜਪਦੇ ਆ ਹਰੀ ਨੂੰ ਵਰ ਦੇ ਰੂਪ ਵਿੱਚ ਪ੍ਰਾਪਤ ਕਰ ਲੈਂਦੇ ਆ। ਕਹਿੰਦੇ ਨੇ ਕਿ ਆਵਣ ਜਾਣ ਨਹੀਂ, ਉਹਨਾਂ ਦਾ ਨਾਂ ਆਉਣਾ ਰਹਿੰਦਾ ਨਾ ਜਾਣਾ ਰਹਿੰਦਾ, ਭਾਵ ਕਿ ਉਹ ਜੰਮਦੇ ਵੀ ਨਹੀਂ ਅਤੇ ਉਹ ਮਰਦੇ ਵੀ ਨਹੀਂ। ਆਵਣ ਜਾਣ ਨਹੀਂ ਮਨ ਨਿਹਚਲ, ਅਤੇ ਇਹ ਜੀਵਨ ਜਿਉਂਦਿਆਂ ਉਹਨਾਂ ਦਾ ਮਨ ਨਿਹਚਲ ਭਾਵ ਟਿਕਿਆ ਰਹਿੰਦਾ, ਉਹਨਾਂ ਮਨ ਦੇ ਉਹਨਾਂ ਦਾ ਮਨ ਵੀ ਨਹੀਂ ਭਟਕਦਾ। ਆਉਣ ਅਤੇ ਜਾਣ ਦੇ ਦਰਮਿਆਨ
ਜਿਹੜਾ ਉਹ ਜੀਵਨ ਬਸਰ ਕਰਦੇ ਆ ਉਹਦੇ ਵਿੱਚ ਉਹਨਾਂ ਦੇ ਮਨ ਨੂੰ ਟਿਕਾ ਮਿਲਿਆ ਰਹਿੰਦਾ। ਮਨ ਨਿਸ਼ਚਲ ਆਵਣ ਜਾਣ ਨਹੀਂ ਮਨ ਨਿਸ਼ਚਲ, ਪੂਰੇ ਗੁਰ ਕੀ ਓਟ ਗਹੀ, ਕਿਉਂਕਿ ਉਹਨਾਂ ਨੇ ਪੂਰੇ ਗੁਰੂ ਦੀ ਓਟ ਪਕੜ ਲਈ, ਪੱਲਾ ਪਕੜ ਲਿਆ। ਗਹੀ ਤੋਂ ਭਾਵ ਹੁੰਦਾ ਹੈ ਪਕੜਨਾ, ਗ੍ਰਹਿਣ ਕਰਨੀ। ਅਤੇ ਆਪਾਂ ਪੱਲਾ ਕਿਵੇਂ ਪਕੜਨਾ ਹੈ? ਗੁਰੂ ਦੇ ਗਿਆਨ ਨੂੰ ਗ੍ਰਹਿਣ ਕਰਕੇ, ਗੁਰੂ ਦੇ ਉਪਦੇਸ਼ ਨੂੰ ਗ੍ਰਹਿਣ ਕਰਕੇ ਅਸੀਂ ਗੁਰੂ ਦਾ ਪੱਲਾ ਪਕੜ ਸਕਦੇ ਹਾਂ। ਜੇ ਅਸੀਂ ਗੁਰੂ ਦਾ ਲੜ ਪੱਲਾ ਪਕੜ ਲਈਏ ਤਾਂ ਸਾਡਾ ਵੀ ਜਨਮ ਮਰਨ ਸਮਾਪਤ ਹੋ ਸਕਦਾ। ਆਵਣ ਜਾਣ ਨਹੀਂ ਮਨ ਨਿਸ਼ਚਲ, ਸਾਡਾ ਵੀ ਮਨ ਟਿਕ ਸਕਦਾ ਆ, ਮਨ ਭਟਕ ਨੂੰ ਹਟ ਸਕਦਾ ਆ। ਪੂਰੇ ਗੁਰੂ ਕੀ ਓਟ ਗਹੀ, ਪਰ ਹੋਵੇਗਾ ਉਦੋਂ ਜਦੋਂ ਅਸੀਂ ਪੂਰੇ ਗੁਰੂ ਦੀ ਓਟ ਗ੍ਰਹਿਣ ਕਰਾਂਗੇ, ਜਦੋਂ ਪੂਰੇ ਗੁਰੂ ਦਾ ਪੱਲਾ ਫੜਾਂਗੇ। ਸੋ ਗੁਰਦੇਵ ਬਖਸ਼ਿਸ਼ ਕਰਦੇ ਨੇ, ਆਵਣ ਜਾਣ ਨਹੀਂ ਮਨ ਨਿਸ਼ਚਲ, ਪੂਰੇ ਗੁਰ ਕੀ ਓਟ ਗਹੀ, ਨਾਨਕ ਰਾਮ ਨਾਮ ਜਪ ਗੁਰਮੁਖ। ਹੇ ਨਾਨਕ ਜੀ, ਗੁਰਮੁਖ ਬਣ ਕੇ ਪਰਮਾਤਮਾ ਦੇ ਸਿਮਰਨ ਦੇ ਆਹਰ ਵਿੱਚ ਲੱਗ ਜਾ। ਇਹ ਅਵਸਥਾ ਤੈਨੂੰ ਵੀ ਪ੍ਰਾਪਤ ਹੋ ਸਕਦੀ ਹੈ, ਪਰ ਜੇ ਤੂੰ ਗੁਰੂ ਦੇ ਸਨਮੁਖ ਹੋ ਜਾਵੇਂ, ਗੁਰਮੁਖ ਬਣ ਕੇ ਪਰਮਾਤਮਾ ਦਾ ਸਿਮਰਨ ਕਰਨ ਲੱਗ ਪਵੇ, ਇਹ ਅਵਸਥਾ ਤੇਰੇ ਵਾਸਤੇ ਵੀ ਹੈ, ਹਰ ਉਸ ਜੀਵ ਵਾਸਤੇ ਹੈ ਜਿਹਨੇ ਇਹ ਮਹਿਸੂਸ ਕਰ ਲਿਆ ਕਿ ਮੈਂ ਪਰਮਾਤਮਾ ਤੋਂ ਵਿਛੜਿਆ ਹੋਇਆ, ਜਿਹਨੇ ਇਹ ਮਹਿਸੂਸ ਕਰ ਲਿਆ ਕਿ ਗੁਰੂ ਮੇਰਾ ਆਪਣਾ ਪ੍ਰੀਤਮ ਪਿਆਰਾ ਹੈ, ਮੈਂ ਗੁਰੂ ਦੇ ਨਾਲ ਸਾਂਝ ਪਾਉਣੀ ਹੈ, ਅਤੇ ਗੁਰੂ ਨੇ ਮੈਨੂੰ ਮੇਰੇ ਪਰਮੇਸ਼ਰ ਦੇ ਨਾਲ, ਪਰਮਾਤਮਾ ਨਾਲ ਹਰੀ ਨਾਮ ਮਿਲਾਉਣਾ ਆ, ਉਹ ਗੁਰਮੁਖ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਨੇ ਕਿ ਨਾਨਕ ਰਾਮ ਨਾਮ ਜਪ ਗੁਰਮੁਖ, ਧਨ ਸੁਹਾਗਣ ਸੱਚ ਸਹੀ। ਕਹਿੰਦੇ ਨੇ ਕਿ ਉਹ ਸੁਹਾਗਣ ਧਨਤਾ ਦੇ ਯੋਗ ਹੈ ਜਿਹਨੇ ਇਹ ਕਾਰਜ ਕਰ ਲਿਆ, ਜਿਹਨੇ ਇਹ ਸਾਂਝ ਬਣਾ ਲਈ, ਜਿਹੜਾ ਗੁਰਮੁਖ ਹੋ ਗਿਆ। ਧਨ ਸੁਹਾਗਣ ਉਹ ਧਨਤਾ ਦੇ ਯੋਗ ਹੈ ਅਤੇ ਭਾਗਾਂ ਵਾਲੀ ਜੀਵ ਇਸਤਰੀ ਹੈ। ਸੱਚ ਸਹੀ, ਸੱਚ ਸਹੀ ਤੋਂ ਭਾਵ ਹੈ ਕਿ ਉਹਦਾ ਆਚਰਣ ਸੱਚਾ ਹੋ ਗਿਆ, ਉਹਦਾ ਨਿਸ਼ਚਾ ਅਪੰਗ ਹੋ ਗਿਆ, ਉਹ ਐਸੀ ਆਪਣੇ ਪਿਆਰੇ ਦੀ ਸਹੀ, ਸਹੀ ਤੋਂ ਭਾਵ ਹੈ ਸਖੀ, ਪਿਆਰੀ ਬਣ ਗਈ ਕਿ ਹੁਣ ਪਿਆਰਾ ਉਹਨੂੰ ਕਦੇ ਵਿਛੋੜੇ ਵਾਲੀ ਹਾਲਤ ਵਿੱਚ ਨਹੀਂ ਛੱਡੇਗਾ। ਸੋ ਇਹ ਅੱਜ ਦੀ ਪਾਵਨ ਪਵਿੱਤਰ ਵਿਚਾਰ ਜੋ ਆਪਾਂ ਸਰਵਣ ਕੀਤੀ ਹੈ, ਇਹਨਾਂ ਵਿਚਾਰਾਂ ਦੇ ਅਨੁਸਾਰ ਸਾਨੂੰ ਚੱਲਣਾ ਆ ਜਾਵੇ ਤਾਂ ਹੀ ਸਾਡੇ ਲੋਕ ਸੁਖੀਏ, ਪਰ ਲੋਕ ਸੇਲੇ ਹੋ ਸਕਦੇ ਆ। ਸੋ ਆਓ ਗੁਰੂ ਸਵਾਰਿਓ, ਅੱਜ ਦੀ ਇਸ ਵਿਚਾਰ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਫਿਰ ਸਮਾਪਤੀ ਕਰੀਏ। ਗੁਰਦੇਵ ਬਖਸ਼ਿਸ਼ ਕਰਦੇ ਨੇ, ਆਵਣ ਜਾਣ ਨਹੀਂ ਮਨ ਨਿਸ਼ਚਲ, ਪੂਰੇ ਗੁਰ ਕੀ ਓਟ ਗਹੀ, ਨਾਨਕ ਰਾਮ ਨਾਮ ਜਪ ਗੁਰਮੁਖ, ਧਨ ਸੁਹਾਗਣ ਸੱਚ ਸਹੀ। ਸਤਿਗੁਰੂ ਪਾਤਸ਼ਾਹ ਰਹਿਮ ਕਰਨ, ਵਿਚਾਰਾਂ ਕਰਦੇ ਆ ਇੱਕ ਨਹੀਂ ਅਨੇਕ ਤਰ੍ਹਾਂ ਦੀਆਂ ਭੁੱਲਾਂ ਹੋ ਗਈਆਂ ਹੁਣ।